ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਫਿਰ ਗੱਲ ਕਰਾਂਗੇ ਕੈਨੇਡਾ ਸਟੱਡੀ ਵੀਜ਼ੇ ਦੀ ਤੁਸੀਂ ਕਿਸ ਤਰ੍ਹਾਂ ਦੇ ਨਾਲ ਜਾ ਸਕਦੇ ਹੋ ਜਿਵੇਂ ਪਿਛਲੇ ਦਿਨੀ ਰੂਲ ਚੇਂਜ ਹੁੰਦੇ ਆ ਉਸ ਤੋਂ ਬਾਅਦ ਜਿਹੜੇ ਸਟੂਡੈਂਟ ਨੇ ਡਰੇ ਹੋਏ ਨੇ ਨਾਲ ਦੇ ਨਾਲ ਜੀਆਈਸੀ ਵੀ ਵਧਿਆ 20600 ਡਾਲਰ ਦੇ ਕਰੀਬ ਜਿਹੜਾ ਹੋਇਆ ਹੋਇਆ ਉਸ ਨੂੰ ਲੈ ਕੇ ਵੀ ਸਟੂਡੈਂਟ ਪਰੇਸ਼ਾਨ ਹੈ ਕਿਸ ਤਰ੍ਹਾਂ ਦੇ ਨਾਲ ਤੁਸੀਂ ਹਜੇ ਵੀ ਘੱਟ ਜੀਆਈਸੀ ਦੇ ਕੇ ਔਰ ਹਜੇ ਵੀ ਪੁਰਾਣੇ ਰੂਲ ਦੇ ਮੁਤਾਬਕ ਤੁਸੀਂ ਜਾ ਸਕਦੇ ਹੋ ਚਾਹੇ ਤੁਸੀਂ ਸਪਾਉਸ ਦੇ ਨਾਲ ਜਾਣਾ ਹੈ ਚਾਹੇ ਤੁਸੀਂ ਸਟੱਡੀ ਵੀਜ਼ੇ ਤੇ ਜਾਣਾ ਹੈ ਕਿਵੇਂ ਜਾਓਗੇ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਸਕਰੀਨ ਦੇ ਨੰਬਰ ਆ ਰਿਹਾ ਇਸ ਤੇ ਕਾਲ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ ਪਰ ਤੁਹਾਡੇ ਸਵਾਲ ਮੈਂ ਪੁੱਛੂੰਗਾ ਸਾਡੇ ਨਾਲ ਨੇ ਵੀਜ਼ਾ ਐਕਸਪਰਟ ਗੁਰਪ੍ਰੀਤ कौर ਬਾਠ ਮੈਮ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼ਕਲ ਮੈਮ ਸਤਿ ਸ਼ਕਲ ਜੀ ਥੈਂਕ ਯੂ ਮਮ ਸਭ ਤੋਂ ਪਹਿਲਾਂ ਰੂਲ ਚੇਂਜ ਹੁੰਦੇ ਆ ਸਟੂਡੈਂਟ ਬਹੁਤ ਡਰਿਆ ਹੋਇਆ ਪਿਛਲੇ 2-3 ਦਿਨਾਂ ਤੋਂ ਅਸੀਂ ਡਿਸਕਸ ਵੀ ਇਹੀ ਕਰ ਰਹੇ ਹਾਂ ਸਾਡੇ ਸ਼ੋ ਦੌਰਾਨ ਵੀ ਵੀ ਕਿਸ ਤਰ੍ਹਾਂ ਦੇ ਨਾਲ ਸਟੂਡੈਂਟ ਹੁਣ ਜਾਊਗਾ ਵੀ ਜਿਆਦਾ ਕੰਸਲਟੈਂਟ ਦਾ ਕਹਿਣਾ ਹੈ ਕਿ 22 ਜਨਵਰੀ ਤੋਂ ਬਾਅਦ ਇੱਕ ਟੈਸਟੇਸ਼ਨ ਲੈਟਰ ਹੈ ਜਿਹੜਾ ਉਹ ਸਟੂਡੈਂਟ ਨੂੰ ਮਿਲੂਗਾ ਕਿਸੇ ਵੀ ਪ੍ਰੋਵਿੰਸ ਜੇ ਉਸਨੇ ਪੜ੍ਹਨਾ ਹੈ ਉਸ ਤੋਂ ਬਾਅਦ ਹੀ ਉਹ ਜਿਹੜੀ ਇਹ ਫਾਈਲ ਉਹਦੀ ਜਿਹੜੀ ਐਮਬੈਸੀ ਦੇ ਵਿੱਚ ਜਾ ਸਕੂਗੀ ਪਰ ਕੋਈ ਇਸ ਤਰ੍ਹਾਂ ਦਾ ਪ੍ਰੋਵਿੰਸ ਜਿੱਥੇ ਆਲਰੇਡੀ ਜਿਵੇਂ ਤੁਸੀਂ ਆਪਾਂ ਆਫ ਦੀ ਰਿਕਾਰਡ ਗੱਲ ਕਰ ਰਹੇ ਸੀ ਕਿ ਕਯੂਬਿਕ ਦੇ ਵਿੱਚ ਆਲਰੇਡੀ ਹੀ ਇਸ ਤਰ੍ਹਾਂ ਦਾ ਪਹਿਲਾਂ ਹੀ ਕੋਈ ਅਪਰੂਵਲ ਲੈਣੀ ਪੈਂਦੀ ਹੈ ਕਿ ਸਟੂਡੈਂਟ ਇਸ ਟਾਈਮ ਕਯੂਬਿਕ ਦੇ ਵਿੱਚ ਜਾਂ ਹੋਰ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਅਪਲਾਈ ਕਰ ਸਕਦਾ ਹੈ ਸਟਡੀ ਵੀਜ਼ੇ ਤੇ ਜਾ ਸਕਦਾ ਹੈ ਪਲਵਿੰਦਰ ਜੀ ਜਦੋਂ ਸਭ ਤੋਂ ਪਹਿਲਾਂ ਜਿਹੜੀ ਟੈਸਟ ਸਟੇਸ਼ਨ ਲੈਟਰ ਦੀ ਗੱਲ ਕੀਤੀ ਹੈ ਪ੍ਰੋਵਿੰਸ ਦੇ ਅਕੋਰਡਿੰਗਲੀ ਬੱਚੇ ਨੂੰ ਟੈਸਟ ਸਟੇਸ਼ਨ ਲੈਟਰ ਲੈਣੀ ਪਊਗੀ ਤੇ ਉਸ ਲੈਟਰ ਆਉਣ ਤੋਂ ਬਾਅਦ ਹੀ ਬੱਚਾ ਅੱਗੇ ਅਪਲਾਈ ਕਰ ਸਕੂਗਾ ਇਹ ਬਹੁਤ ਬੜਾ ਬਿਗ ਜਿਹੜਾ ਹੈ ਕਿ ਇਹ ਨਹੀਂਗਾ ਕਿ ਇਹ ਚੀਜ਼ ਹੈ ਐਵੇਂ ਦਾ ਪੁਆਇੰਟ ਹੈ ਕਿ ਜਿਹੜਾ ਕਲੀਅਰ ਹੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਮੋਂਟਰੀਅਲ ਚ ਆਲਰੇਡੀ ਸੀਏਕਯੂ ਲੈਟਰ ਆਂਦਾ ਸੀ ਬੱਚਾ ਦੈਨ ਉਹਦੀ ਫਾਈਲ ਐਮਬੈਸੀ ਦੇ ਵਿੱਚ ਜਾਂਦੀ ਸੀਗੀ ਤੇ ਟੈਸਟ ਸਟੇਸ਼ਨ ਲੈਟਰ ਨੂੰ ਲੈ ਕੇ ਕੋਈ ਬਹੁਤ ਵੱਡੀ ਚੀਜ਼ ਨਹੀਂ ਆ ਛੋਟੀਆਂ ਮੋਡੀਆਂ ਇੱਕ ਚੇਂਜਸ ਹੈ ਜੋ ਵੀ ਉਥੋਂ ਦੀ ਗਵਰਨਮੈਂਟ ਵੱਲੋਂ ਕੀਤੀਆਂ ਗਈਆਂ ਤੇ ਇਸ ਚੇਂਜਸ ਨੂੰ ਦੇਖਦੇ ਹੋਏ ਅਸੀਂ ਇੰਨਾ ਜ਼ਿਆਦਾ ਇਸ ਮੁੱਦੇ ਦੇ ਉੱਤੇ ਜਾਂ ਇਸ ਦੇ ਉੱਤੇ ਗੱਲ ਨਹੀਂ ਕਰ ਰਹੇ ਕਿਉਂਕਿ ਟੈਸਟ ਸਟੇਸ਼ਨ ਪ੍ਰਵਿੰਸ ਦੇ ਅਕੋਰਡਿੰਗਲੀ ਬੱਚੇ ਨੂੰ ਲੈਣੀ ਪਊਗੀ ਜਿਵੇਂ ਕਿ ਕਯੂਬਿਕ ਮੌਂਟਰੀਅਲ ਦੇ ਵਿੱਚ ਬੱਚਾ ਸੀਏਕਯੂ ਲੈਟਰ ਲੈਂਦਾ ਸੀ ਜਿਹੜਾ ਕਿ ਕਯੂਬਿਕ ਮੌਂਟਰੀਅਲ ਸੀ ਕੋਵਿਡ ਤੋਂ ਪਹਿਲਾਂ ਕਾਫੀ ਅੱਛੇ ਤਰੀਕੇ ਨਾਲ ਬੱਚੇ ਵੀ ਗਏ ਆ ਸਾਡੇ ਬੱਚੇ ਸੈਟਲ ਵੀ ਹੋਏ ਆ ਉਹ ਕਯੂਬਿਕ ਮੌਂਟਰੀਅਲ ਦੇ ਵਿੱਚ ਜਿਹੜੀ ਸੀਏਕਯੂ ਲੈਟਰ ਆਂਦੀ ਸੀ ਉਸ ਤੋਂ ਬਾਅਦ ਦੈਨ ਅਸੀਂ ਬੱਚੇ ਦਾ ਅੱਗੇ ਸਟੱਡੀ ਵੀਜ਼ਾ ਐਮਬੈਸੀ ਦੇ ਵਿੱਚ ਅਪਲ ਦੇ ਸੀ ਤੇ ਕੋਵਿਡ ਦੇ ਦੌਰਾਨ ਕੁਝ ਕਾਲਜਿਸ ਬੰਦ ਹੋਣ ਦੇ ਚੱਕਰਨ ਤੇ ਉਹਦੇ ਕਾਰਨ ਬੱਚਿਆਂ ਨੇ ਵੀ ਕਯੂਬਿਕ ਮੌਂਟਰੀਅਲ ਵੱਲੋਂ ਆਪਣਾ ਜਿਹੜਾ ਰੁਖ ਚੇਂਜ ਕਰ ਲਿਆ ਸੀਗਾ ਬਟ ਕਯੂਬਿਕ ਮੌਂਟਰੀਅਲ ਹੁਣ ਫੇਰ ਤੋਂ ਫੇਵਰਟ ਡੈਸਟਨੀ ਬਣੇਗਾ ਬੱਚਿਆਂ ਦੀ ਇੱਕ ਤਾਂ ਉੱਥੇ ਸਭ ਤੋਂ ਵਧੀਆ ਜਿਹੜਾ ਰੂਲ ਰੈਗੂਲੇਸ਼ਨ ਜਿਹੜਾ ਉਥੋਂ ਦੀ ਗਵਰਨਮੈਂਟ ਵੱਲੋਂ ਆ ਜਿਹੜੀ 20635 ਜੀਆਈਸੀ ਆ ਜਿਹੜਾ ਬੱਚਾ ਇੱਥੇ ਪੇ ਕਰਕੇ ਜਾ ਰਿਹਾ ਬਾਕੀ ਪ੍ਰਵਿੰਸ ਦੇ ਵਿੱਚ ਉੱਥੇ 14500 ਸਮਥਿੰਗ ਉੱਥੇ ਜੀਆਈਸੀ ਹੋਊਗੀ ਕਯੂਬਿਕ ਕੰਟਰੀਅਲ ਦੇ ਵਿੱਚ ਜਿਹੜੀ ਬੱਚਾ ਪੇ ਕਰਕੇ ਜਾਊਗਾ ਜਿਹੜੀ ਕਿ ਕਾਫੀ ਜਿਹੜੀ 6000 ਸਾਢੇ 1 5000 ਰਿਲੈਕਸੇਸ਼ਨ ਜਿਹੜੀ ਬੱਚੇ ਨੂੰ ਇਹਦੇ ਵਿੱਚ ਮਿਲ ਰਹੀ ਆ ਤੇ 5000 ਸਾਢੇ 5000 ਡਾਲਰ ਤੇ ਇਹ ਬਹੁਤ ਵੱਡੀ ਰਿਲੈਕਸੇਸ਼ਨ ਹੈ ਕਿ ਜੀਆਈਸੀ ਘੱਟ ਪੇ ਕਰਨਾ ਪਊਗਾ ਬੱਚੇ ਨੂੰ ਕਿਉਂ ਵੀ ਕੰਟਰੀਅਲ ਦੇ ਵਿੱਚ ਜਿਹੜੀ CAQ ਲੈਟਰ ਇਹ ਟੈਸਟੇਸ਼ਨ ਲੈਟਰ ਦੀ ਗੱਲ ਕਰਦੇ ਆ ਆਲਰੇਡੀ ਉੱਥੋਂ ਅਸੀਂ CAQ ਲੈਟਰ ਬੱਚਿਆਂ ਦੀ ਮੰਗਵਾਉਂਦੇ ਰਹੇ ਆ ਅਸੀਂ ਐਕਸਪੀਰੀਐਂਸਡ ਆ ਇਸ ਲੈਟਰ ਨੂੰ ਲੈ ਕੇ ਸਾਨੂੰ ਕੋਈ ਇਹ ਵੱਡਾ ਮੁੱਦਾ ਨਹੀਂ ਲੱਗ ਰਿਹਾ ਕਿ ਇਹ ਬਹੁਤ ਵੱਡੀ ਚੀਜ਼ ਹੈ ਟੈਸਟੇਸ਼ਨ ਲੈਟਰ ਜਿਹੜੀ ਹੈਗੀ ਆ ਕਿ ਪ੍ਰੋਵਿੰਸ ਦੇ ਅਕੋਰਡਿੰਗਲੀ ਮੰਗਾ ਨਹੀਂ ਪਾਉਗੀ ਅਸੀਂ ਆਲਰੇਡੀ ਕਯੂਬਿਕ ਕੰਟਰੀਅਲ ਦੇ ਵਿੱਚ ਸੀਏਕਯੂ ਲੈਟਰ ਮੰਗਵਾਉਣ ਤੋਂ ਬਾਅਦ ਹੀ ਅਪਲਾਈ ਕਰਦੇ ਸੀ ਅਗਲੀ ਗੱਲ ਜੇ ਮੈਂ ਗੱਲ ਕਰਾਂ ਕਯੂਬਿਕ ਕੰਟਰੀਅਲ ਦੇ ਵਿੱਚ ਸੁਪਾਉਸ ਦੇ ਨਾਲ ਤੁਸੀਂ ਅਪਲਾਈ ਕਰਕੇ ਜਾ ਸਕਦੇ ਹੋ ਔਰ ਜਿਹੜੀ ਗੱਲ ਤੁਸੀਂ ਟੈਸਟੇਸ਼ਨ ਲੈਟਰ ਦੀ ਕੀਤੀ ਮੈਂ ਇਸ ਮੁੱਦੇ ਤੇ ਫੇਰ ਆਉਣਾ ਚਾਹੁੰਦੀ ਆ ਕਿ ਚਲੋ ਕਯੂਬਿਕ ਮੌਂਟਰੀਅਲ ਤਾਂ ਸਾਡੇ ਲਈ ਇੱਕ ਡੈਸਟਨੀ ਹੈਗਾ ਹੀ ਹੈਗਾ ਜਿੱਥੇ ਅਸੀਂ ਅਪਲਾਈ ਘਟ ਜੀਆਈਸੀ ਤੇ ਵੀ ਅਪਲਾਈ ਕਰ ਸਕਦੇ ਆ ਸੀਏਕਯੂ ਲੈਟਰ ਦਾ ਸਾਡੇ ਕੋਲ ਆਲਰੇਡੀ ਐਕਸਪੀਰੀਅੰਸ ਹੈਗਾ ਕਿ ਜਿਹੜੀ ਟੈਸਟੇਸ਼ਨ ਲੈਟਰ ਦੀ ਪ੍ਰਿਵਿੰਸ ਵਾਈਡ ਡਿਮਾਂਡ ਕੀਤੀ ਜਾ ਰਹੀ ਆ ਜਾਂ ਰੂਲ ਐਂਡ ਰੈਗੂਲੇਸ਼ਨ ਚੇਂਜ ਹੋਏ ਆ ਉੱਥੇ ਅਸੀਂ ਆਲਰੇਡੀ ਐਕਸਪੀਰੀਅੰਸ ਦਾ ਕਿ ਅਸੀਂ ਸੀਏਕਯੂ ਲੈਟਰ ਮੰਗਵਾ ਕੇ ਬੱਚਿਆਂ ਦੇ ਆਲਰੇਡੀ ਅਪਲਾਈ ਕਰ ਚੁੱਕੇ ਆ ਬਹੁਤ ਸਾਰੇ ਬੱਚੇ ਸਾਡੇ ਉੱਥੇ ਕਯੂਬਿਕ ਮੌਂਟਰੀਅਲ ਸੈਟਲ ਵੀ ਆ ਤੇ ਅਗਲੀ ਗੱਲ ਟੈਸਟੇਸ਼ਨ ਲੈਟਰ ਦੀ 24 ਦੇ ਵਿੱਚ ਲਾਗੂ ਹੋਊਗੀ ਬੇਸ਼ੱਕ ਅੱਜ ਉਹ ਰੂਲ ਐਂਡ ਰੈਗੂਲੇਸ਼ਨ ਚੇਂਜ ਹੋਇਆ ਹੈ ਹਜੇ ਬਾਕੀ ਪ੍ਰੇਵਿੰਸ ਦੇ ਵਿੱਚ ਜਿਹੜੇ ਬੱਚੇ ਅਪਲਾਈ ਕਰਨਾ ਚਾਹੁੰਦੇ ਨੇ ਮਈ ਇਨਟੇਕ ਲਈ ਉਹ ਅਪਲਾਈ ਕਰ ਸਕਦੇ ਨੇ ਇਸ ਟੈਸਟ ਸਟੇਸ਼ਨ ਲੈਟਰ ਨੂੰ ਬਹੁਤ ਜ਼ਿਆਦਾ ਬਾਦਰ ਕਰਨ ਦੀ ਬੱਚਿਆਂ ਨੂੰ ਜ਼ਰੂਰਤ ਨਹੀਂ ਹੈ ਕਿਉਂਕਿ ਇੱਕਦਮ ਜਦੋਂ ਕੋਈ ਵੀ ਰੂਲ ਐਂਡ ਰੈਗੂਲੇਸ਼ਨ ਚੇਂਜ ਹੁੰਦਾ ਹੈ ਸਾਡੇ ਵੱਲੋਂ ਇੱਕ ਪ੍ਰੈਜੈਂਟੇਸ਼ਨ ਐਵੇਂ ਦੀ ਦਿੱਤੀ ਜਾਵੇ ਕਿ ਬੱਚਾ ਫਟਾਫਟ ਆ ਕੇ ਸਾਡੇ ਕੋਲ ਕਾਉਂਸਲਿੰਗ ਲੈਂਦਾ ਤੇ ਫਿਰ ਅਸੀਂ ਬੱਚੇ ਦੇ ਅੰਦਰ ਇੱਕ ਬੜੀ ਹੀ ਪੈਨਿਕ ਮਾਹੌਲ ਕ੍ਰੀਏਟ ਕਰ ਦਿੰਦੇ ਆ ਤੇ ਬੱਚਾ ਸਾਡੇ ਕੋਲ ਅਪਲਾਈ ਕਰ ਲੈਂਦਾ ਹੈ ਇਸ ਨੂੰ ਸਾਨੂੰ ਪੈਨਿਕ ਨਹੀਂ ਹੋਣਾ ਚਾਹੀਦਾ ਜਦੋਂ ਵੀ ਰੂਲ ਐਂਡ ਰੈਗੂਲੇਸ਼ਨ ਚੇਂਜ ਹੋਇਆ ਮੈਂ ਹਰ ਟਾਈਮ ਇਹੀ ਕਾਉਂਸਲਿੰਗ ਕੀਤੀ ਆ ਬੱਚੇ ਨੂੰ ਕਿ ਬੱਚੇ ਨੂੰ ਆਰਾਮ ਨਾਲ ਈਜ਼ੀ ਹੋ ਕੇ ਉਸ ਰੂਲ ਐਂਡ ਰੈਗੂਲੇਸ਼ਨ ਦੇ ਉੱਤੇ ਸਟੱਡੀ ਕਰਨੀ ਚਾਹੀਦੀ ਆ ਉਹ ਰੂਲ ਐਂਡ ਰੈਗੂਲੇਸ਼ਨ ਸਾਡੇ ਫੇਵਰ ਚ ਹੈ ਕਿ ਨਹੀਂ ਹੈ ਮੇਰੇ ਅਕੋਰਡਿੰਗਲੀ ਜਿੰਨੇ ਵੀ ਰੂਲ ਐਂਡ ਰੈਗੂਲੇਸ਼ਨ ਚੇਂਜ ਹੁੰਦੇ ਆ ਜਾਂ ਕੁਝ ਵੀ ਆ ਉਹਦੇ ਦੋ ਪਹਿਲੂ ਹਰ ਚੀਜ਼ ਦੇ ਦੋ ਪਹਿਲੂ ਆ ਇੱਕ ਪੋਜ਼ਿਟਿਵ ਇੱਕ ਨੈਗੇਟਿਵ ਮਟ ਆਪਾ ਪੋਜ਼ਿਟਿਵ ਲੈਣਾ ਹੈ ਜਿਹੜੀ ਇਹ ਜੀਆਈਸੀ ਵਾਲਾ ਉਹ ਵੀ ਸਾਡਾ ਕਿਤੇ ਨਾ ਕਿਤੇ ਮਤ ਜਿਹੜਾ ਉਹ ਕਲੀਅਰ ਹੋ ਗਿਆ ਕਿ ਚਲੋ ਹੁਣ ਆਪਾਂ ਕਯੂਬਿਕ ਮੋਂਟਰੀਅਲ ਦੇ ਵਿੱਚ ਘੱਟ ਜੀਆਈਸੀ ਪੇ ਕਰਕੇ ਵੀ ਜਾ ਸਕਦੇ ਆ ਜਿਹੜੀ ਅਗਲੀ ਗੱਲ ਹੈ ਟੈਸਟ ਸਟੇਸ਼ਨ ਲੈਟਰ ਦੀ ਮਈ ਇਨਟੇਕ ਤੁਹਾਡੇ ਕੋਲ ਪਿਆ ਹੋਇਆ ਹੈ ਤੁਸੀਂ ਕਿਸੇ ਵੀ ਪ੍ਰਵਿੰਸ ਵਿੱਚ ਵਿਦਾਊਟ ਟੈਸਟ ਸਟੇਸ਼ਨ ਲੈਟਰ ਮਈ ਇਨਟੇਕ ਲਈ ਅਪਲਾਈ ਕਰਕੇ ਜਾ ਸਕਦੇ ਹੋ ਸਤੰਬਰ 2024 ਦੇ ਵਿੱਚ ਇਹ ਰੂਲ ਰੈਗੂਲੇਸ਼ਨ ਜਿਹੜੇ ਆ ਉਹ ਅਪਲਾਈ ਹੋਣਗੇ ਉਸ ਤੋਂ ਪਹਿਲਾਂ ਪਹਿਲਾਂ ਬੱਚੇ ਅਪਲਾਈ ਕਰਕੇ ਜਾ ਸਕਦੇ ਆ ਜਿਹੜੇ ਮਈ ਇਨਟੇਕ 'ਚ ਬੱਚੇ ਅਪਲਾਈ ਕਰ ਰਹੇ ਆ ਉਹਨਾਂ ਨੂੰ ਇਸ ਚੀਜ਼ ਨੂੰ ਬਹੁਤ ਜ਼ਿਆਦਾ ਬਦਰ ਕਰਨ ਦੀ ਜ਼ਰ ਬਿਲਕੁਲ ਜਿਹੜੇ ਸਟੂਡੈਂਟ ਕੈਨੇਡਾ ਸਟੱਡੀ ਵੀਜ਼ੇ ਤੇ ਜਾਣਾ ਚਾਹੁੰਦੇ ਆ ਮੈਂਟਰੀਅਲ ਜਾਣਾ ਜਿਵੇਂ ਮੈਮ ਨੇ ਕਿਹਾ ਤੁਸੀਂ ਕਯੂਬਿਕ ਦੇ ਵਿੱਚ ਅਪਲਾਈ ਕਰ ਸਕਦੇ ਹੋ ਸਭ ਤੋਂ ਵੱਡੀ ਗੱਲ ਹੈ ਜੀਆਈਸੀ ਵੀ ਘੱਟ ਹੈ ਕਿਸ ਤਰ੍ਹਾਂ ਦੇ ਨਾਲ ਤੁਸੀਂ ਇੱਥੇ ਕਿਸ ਤਰ੍ਹਾਂ ਦਾ ਮੈਮ ਇਹ এনवायरमेंट ਔਰ ਜਿਵੇਂ ਜ਼ਿਆਦਾਤਰ ਸਟੂਡੈਂਟ ਆਪਾਂ ਦੇਖਦੇ ਆ ਬ੍ਰੈਂਟਮ ਚਲਾ ਗਿਆ ਸਰੀ ਚਲਾ ਗਿਆ ਟੋਰਾਂਟੋ ਚਲੇ ਗਏ ਪਰ ਇੱਧਰ ਨੂੰ ਰੁਝਾਨ ਘਟ ਕਿਉਂ ਹੈ ਸਟੂਡੈਂਟ ਦਾ ਮਤਲਬ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਉੱਥੇ ਜ਼ਿਆਦਾਤਰ ਆਪਾਂ ਦੇਖੀਏ ਕੰਮ ਨੂੰ ਲੈ ਕੇ ਵੀ ਕੰਮ इजीली ਮਿਲ ਜਾਂਦਾ ਸਟੂਡੈਂਟ ਨੂੰ ਜੇ ਉੱਥੇ ਪਹੁੰਚ ਜਾਂਦਾ ਤਾਂ ਤੇ ਕਯੂਬਿਕ ਮੌਂਟਰੀਅਲ ਨਾ ਬਹੁਤ ਐਵੇਂ ਮੈਨੂੰ ਰਿਪਰੈਜ਼ੈਂਟ ਕਰਦੀ ਰਹੀ ਆ ਕੋਵਿਡ ਤੋਂ ਪਹਿਲਾਂ ਸਾਡਾ ਬਹੁਤ ਸਾਰਾ ਬੱਚਾ ਜਿਹੜਾ ਹੈ ਉਹ ਕਯੂਬਿਕ ਮੌਂਟਰੀਅਲ ਦੇ ਵਿੱਚ ਅਪਲਾਈ ਕਰਦਾ ਸੀਗਾ ਜਾਂਦਾ ਸੀਗਾ ਕਯੂਬਿਕ ਮੌਂਟਰੀਅਲ ਦਾ ਜਿਹੜਾ ਮੇਨ ਫੇਸ ਬੱਚਿਆਂ ਦਾ ਰਹਿੰਦਾ ਹੈ ਕਿ ਉੱਥੇ ਥੋੜਾ ਜਿਹਾ ਵੈਦਰ ਪ੍ਰੋਬਲਮ ਹੈ ਔਰ ਬੱਚੇ ਨੂੰ ਥੋੜਾ ਸਰਵਾਈਵ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਪੀਆਰ ਉੱਥੇ ਈਜ਼ੀ ਹੈ ਸਾਡੇ ਲਈ ਜੀਆਈਸੀ ਜਿਹੜਾ ਕਿ ਤੁਸੀਂ ਹੁਣ ਦੇਖ ਰਹੇ ਹੋ ਕਿ 20635 ਹੈ ਪਰ ਮੌਂਟਰੀਅਲ ਦੇ ਵਿੱਚ 14500 ਜਿਹੜਾ ਜੀਆਈਸੀ ਆ ਤੁਸੀਂ ਪੇ ਕਰਕੇ ਸਕਦੇ ਹੋਂ ਕਯੂਬਿਕ ਮੌਂਟਰੀਅਲ ਦੇ ਵਿੱਚ ਰੁਝਾਨ ਕੋਵਿਡ ਦੌਰਾਨ ਘਟਿਆ ਬੱਚਿਆਂ ਦਾ ਰੀਜ਼ਨ ਕੀ ਸੀਗਾ ਕੋਵਿਡ ਦੇ ਦੌਰਾਨ ਬਹੁਤ ਸਾਰੇ ਕਾਲਜੇਸ ਉੱਥੇ ਬੰਦ ਹੋਏ ਆ ਜਿਹੜੇ ਉਹ ਕਾਲਜੇਸ ਬੰਦ ਹੋਏ ਆ ਕੁਝ ਬੱਚਿਆਂ ਦੀਆਂ ਫੀਸਿਸ ਟੱਕ ਹੋ ਗਈਆਂ ਕੁਝ ਕਯੂਬਿਕ ਮੌਂਟਰੀਅਲ ਦੇ ਵਿੱਚ ਸਾਡੇ ਇੱਥੇ ਜਿੰਨੇ ਵੀ ਕਾਉਂਸਲਰ ਸੀਗੇ ਕੰਸਲਟੈਂਟ ਸੀਗੇ ਉਹ ਅਪਲਾਈ ਕਰਦੇ ਸੀਗੇ ਟਿਊਸ਼ਨ ਫੀਸ ਆਫਟਰ ਵੀਜ਼ਾ ਲੈਂਦੇ ਸੀ ਜਿਹੜੀਆਂ ਉੱਤੇ ਜਿੰਨੀਆਂ ਵੀ ਮੈਨਿਪੂਲੇਟਡ ਉਹਦੇ ਵਿੱਚ ਟਿਊਸ਼ਨ ਫੀਸ ਸਲਿੱਪ ਗਈਆਂ ਐਮਬੈਸੀ ਦੇ ਵਿੱਚ ਉਹਦੇ ਕਾਰਨ ਕਰਕੇ ਵੀ ਕਯੂਬਿਕ ਮੌਂਟਰੀਅਲ ਦੇ ਵਿੱਚ ਕਾਫੀ ਰਿਫਿਊਜ਼ਲ ਰੇਸ਼ੋ ਵਧੀ ਸੀ ਇਸ ਕਰਕੇ ਬੱਚਿਆਂ ਦਾ ਰੁਝਾਨ ਘਟ ਹੋਇਆ ਸੀ ਕੋਵਿਡ ਤੋਂ ਬੈਲਾ ਸਭ ਤੋਂ ਜ਼ਿਆਦਾ ਕਯੂਬਿਕ ਮੌਂਟਰੀਅਲ ਬੱਚਾ ਸਾਡੇ ਕੋਲ ਅਪਲਾਈ ਕਰਨ ਆਂਦਾ ਸੀ ਕਿਉਂਕਿ ਫ੍ਰੈਂਚ ਸਿੱਖਣ ਦੇ ਉੱਥੇ ਪੈਸੇ ਸੀ ਮਿਲਦੇ ਸੀ ਬੱਚਾ ਜਦੋਂ ਉੱਥੇ ਫ੍ਰੈਂਚ ਸਿੱਖਦਾ ਹੈ ਉਹਦੇ ਵੀ ਪੈਸੇ ਆ ਉਹਦੇ ਪੁਆਇੰਟ ਵੀ ਮਿਲਦੇ ਆ ਪੀਆਰ ਜਦੋਂ ਅਪਲਾਈ ਕਰਦਾ ਬੱਚਾ ਕਯੂਬਿਕ ਮੌਂਟਰੀਅਲ ਇੱਕ ਸੈਟਲਮੈਂਟ ਦੇ ਹਿਸਾਬ ਨਾਲ ਦੇਖਿਆ ਜਾਵੇ ਇੱਕ ਬੱਚੇ ਦੀ ਸਟੱਡੀ ਔਰ ਉੱਥੋਂ ਦੀਆਂ ਫੀਸਿਸ ਦੇ ਹਿਸਾਬ ਨਾਲ ਦੇਖਿਆ ਜਾਵੇ ਕਾਫੀ ਰਿਲੈਕਸਿੰਗ ਜਿਹੜਾ ਹੈ ਇਹ ਪਰਮਿਸ ਰਿਹਾ ਹੈ ਸ਼ੁਰੂ ਤੋਂ ਰਿਹਾ ਹੈ ਹੁਣ ਵੀ ਸਪਾਉਸ ਦੇ ਲਈ ਰਿਲੈਕਸੇਸ਼ਨ ਹੈ ਸਪਾਉਸ ਨਾਲ ਜਾ ਸਕਦਾ ਹੈ ਕਯੂਬਿਕ ਮੌਂਟਰੀਅਲ ਦੇ ਵਿੱਚ ਇਸ ਕਰਕੇ ਬੱਚਿਆਂ ਨੂੰ ਕਯੂਬਿਕ ਮੌਂਟਰੀਅਲ ਦੇ ਵਿੱਚ ਜੇ ਅਪਲਾਈ ਕਰਨਾ ਅੱਜ ਤੇ ਟਾਈਮ ਲਈ ਸਤੰਬਰ 2024 ਵੀ ਅਪਲਾਈ ਕਰ ਸਕਦਾ ਹੈ ਮਈ 2024 ਵੀ ਅਪਲਾਈ ਕਰ ਸਕਦਾ ਹੈ ਇਹ ਬੈਸਟ ਹੈ ਜਿਹੜੇ ਬੱਚੇ ਘੱਟ ਖਰਚੇ ਤੇ ਅਪਲਾਈ ਕਰਨਾ ਚਾਹੁੰਦੇ ਨੇ ਜਿਨ੍ਹਾਂ ਦਾ ਬਜਟ ਲੋ ਹੈ ਜਿਹੜੇ ਬੱਚੇ ਕਹਦਾ ਹੈ ਕਿ ਇੰਨਾ ਜ਼ਿਆਦਾ ਜੀਐਸਸੀਸੀ ਪੇ ਨਹੀਂ ਕਰ ਸਕਦੇ ਕੱਲ ਦੇ ਦਿਨ ਪੀਆਰ ਵੀ ਮਿਲ ਜਾਂਦੀ ਆ ਔਰ ਜਿਹੜੇ ਫ੍ਰੈਂਚ ਸਿੱਖਣਦੇ ਉੱਥੇ ਪੈਸੇ ਮਿਲਦੇ ਆ ਉਹਦੇ ਵਿੱਚ ਬੱਚੇ ਦਾ ਆਪਣਾ ਰਹਿਣਾ ਖਾਣਾ ਵੀ ਜਿਹੜਾ ਉਹ ਸੇਵ ਹੋ ਜਾਂਦਾ ਹੈ ਇਸ ਕਰਕੇ ਕਯੂਬਿਕ ਮੌਂਟਰੀਅਲ ਡੈਸਟਨੀ ਸ਼ੁਰੂ ਤੋਂ ਬੈਸਟ ਰਿਹਾ ਹੈ ਬੱਚਿਆਂ ਦੇ ਲਈ ਬਟ ਕੋਵਿਡ ਦੇ ਦੌਰਾਨ ਜਿਹੜੀਆਂ ਚੀਜ਼ਾਂ ਫਲਕਚੂਏਟ ਹੋਈਆਂ ਨੇ ਜਿਹੜੀਆਂ ਚੀਜ਼ਾਂ ਉਸ ਟਾਈਮ ਖਰਾਬ ਹੋਈਆਂ ਨੇ ਉਸ ਦੌਰਾਨ ਬੱਚਿਆਂ ਦਾ ਰੁਝਾਨ ਘਟਿਆ ਆ ਅਦਰਵਾਈਜ਼ ਕਯੂਬਿਕ ਮੌਂਟਰੀਅਲ ਸਾਡੇ ਕੋਲ ਬਹੁਤ ਸਾਰਾ ਬੱਚਾ ਅਪਲਾਈ ਕਰਦਾ ਸੀ ਹੂੰ ਬਿਲਕੁਲ ਤੁਸੀਂ ਵੀ ਸਟੱਡੀ ਵੀਜ਼ੇ ਬਾਰੇ ਤੁਹਾਡਾ ਕੋਈ ਵੀ ਮਨ ਦੇ ਵਿੱਚ ਸਵਾਲ ਆ ਰਿਹਾ ਹੈ ਤੁਸੀਂ ਪੁੱਛਣਾ ਚਾਹੁੰਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਤੁਸੀਂ ਕੈਨੇਡਾ ਦੇ ਵਿੱਚ ਆਪਣਾ ਜਾਨ ਦਾ ਸੁਪਨਾ ਪੂਰਾ ਕਰ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਆ ਰਿਹਾ ਹੈ ਇਸ ਤੇ ਕਾਲ ਕਰਕੇ ਪੂਰੀ ਜਾਣਕਾਰੀ ਜਿਹੜੀ ਲੈ ਸਕਦੇ ਹੋ ਮੈਮ ਨੂੰ ਮਿਲਣਾ ਚਾਹੁੰਦੇ ਹੋ ਤਾਂ ਫੇਸ ਇੱਕ ਮੁਹਾਲੀ ਦੇ ਵਿੱਚ ਆ ਕੇ ਕ੍ਰੀਏਟਿਵ ਫਿਊਚਰ ਦਾ ਆਫਿਸ ਹੈ ਉੱਥੇ ਆ ਕੇ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਨਾਲ ਦੀ ਨਾਲ ਜੇ ਗੱਲ ਵੀ ਕਰਨੀ ਚਾਹੁੰਦੇ ਹੋ ਤਾਂ ਦਿਨ ਦੇ ਟਾਈਮ ਕਿਸੇ ਕਿਸੇ ਵੀ ਟਾਈਮ 11 ਤੋਂ ਬਾਅਦ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਗੁਰਪ੍ਰੀਤ ਕੌਰ ਬਾਠ ਮੈਮ ਨਾਲ ਉਹ ਤੁਹਾਨੂੰ ਸਹੀ ਤਰੀਕੇ ਨਾਲ ਗਾਈਡ ਕਰਨਗੇ ਔਰ ਉਮੀਦ ਕਰਦੇ ਸੋ ਤੁਸੀਂ ਸੁਪਨਾ ਦੇਖਿਆ ਵਿਦੇਸ਼ ਜਾਣ ਦਾ ਤੇ ਉਹ ਬਿਲਕੁਲ ਪੂਰਾ ਹੋਊਗਾ ਨਾਲ ਦੇ ਨਾਲ ਮੈਮ ਜਿਵੇਂ ਆਪਾਂ ਕੈਪ ਸਿਸਟਮ ਦੀ ਗੱਲ ਕਰਨੇ ਮੈਂ ਕੈਨੇਡਾ ਨੇ ਕੈਪਿੰਗ ਸਿਸਟਮ ਲਾਤਾ ਵੀ ਸਿਰਫ 3.5 ਲੱਖ ਜਾਂ ਇੰਨੇ ਕਿ ਸਟੂਡੈਂਟ ਹੈ ਜਿਹੜੇ ਉਹ ਲੈਣਗੇ ਇਸ ਸਾਲ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਕਯੂਬਿਕ ਦੇ ਵਿੱਚ ਕਿੰਨੇ ਕੁ ਸਟੂਡੈਂਟ ਨੂੰ ਜਿਹੜੇ ਅਪਲਾਈ ਕਰਨਗੇ ਉਹਨਾਂ ਨੂੰ ਵੀਜ਼ਾ ਮਿਲ ਸਕਦਾ ਕਿਉਂਕਿ ਹੋ ਸਕਦਾ ਉਸ ਦੇ ਨਾਲ ਥੋੜਾ ਵੀਜ਼ੇ ਆਉਣ ਦੀ ਜਿਹੜੀ ਜਿਸ ਹਿਸਾਬ ਨਾਲ ਪਹਿਲਾ ਜਨਵਰੀ ਇਨਟੇਕ ਦੇ ਵਿੱਚ ਵੀਜ਼ੇ ਆਏ ਆ 100% ਸਕਸੈਸ ਰੇਟ ਜਿਵੇਂ ਤੁਸੀਂ ਕਹਿੰਦੇ ਰਿਹਾ ਹ ਹੁਣ ਇਸ ਨਾਲ ਕੁਝ ਘਟਣ ਦੀ ਉਮੀਦ ਲੱਗਦੀ ਹੈ ਜਾਂ ਲਗਾਤਾਰ ਉਸੇ ਤਰੀਕੇ ਨਾਲ ਵੀਜ਼ੇ ਜਿਹੜੇ ਆ ਰਹੇ ਆ ਪਲਵਿੰਦਰ ਜੀ ਸਭ ਤੋਂ ਜ਼ਰੂਰੀ ਕੈਪਿੰਗ ਸਿਸਟਮ ਕੈਪਿੰਗ ਸਿਸਟਮ ਹੈ ਕੀ ਆ ਜੇ ਉਹਨਾਂ ਨੇ ਕੈਪਿੰਗ ਸਿਸਟਮ ਲਾਇਆ ਕਿ ਅਸੀਂ 3.5 ਲੱਖ ਮੰਨ ਲਓ ਜਾਂ 4 ਲੱਖ ਵੀਜ਼ੇ ਦੇਣੇ ਆ ਜਿੰਨੇ ਵੀ ਉਹਨਾਂ ਨੇ ਕੈਪਿੰਗ ਸਿਸਟਮ ਲਾਇਆ ਪਰ ਉਹਨਾਂ ਨੇ ਪ੍ਰੋਵਿੰਸ ਦੇ ਹਿਸਾਬ ਨਾਲ ਵੀ ਤਾਂ ਡਿਸਾਈਡ ਕੀਤਾ ਹੋਊਗਾ ਕਿ ਇਸ ਪ੍ਰੋਵਿੰਸ ਦੇ ਵਿੱਚ ਅਸੀਂ ਇੰਨੇ ਬੱਚੇ ਮੰਗਵਾਣੇ ਆ ਇਸ ਪ੍ਰੋਵਿੰਸ ਦੇ ਵਿੱਚ ਇੰਨੇ ਬੱਚੇ ਅਪਲਾਈ ਕਰ ਸਕਦੇ ਆ ਆਨ ਵਾਲੇ ਆਨ ਵਾਲੇ ਟਾਈਮ ਦੇ ਵਿੱਚ ਕੈਪਿੰਗ ਸਿਸਟਮ ਦੇ ਵਿੱਚ ਆਉਣ ਵਾਲਾ ਟਾਈਮ ਜਿਹੜਾ ਪ੍ਰੋਪਰ ਤਰੀਕੇ ਨਾਲ ਡਿਸਕ੍ਰਾਈਬ ਹੋਊਗੀ ਜਦੋਂ ਚੀਜ਼ ਅਪਲਾਈ ਹੋਊਗੀ ਤਾਂ ਇਹਦੇ ਵਿੱਚੋਂ ਇਹ ਚੀਜ਼ ਜ਼ਰੂਰ ਨਿਕਲੂਗੀ ਉਹਨਾਂ ਨੇ ਉਹ ਪ੍ਰੋਵਿੰਸ ਦੇ ਵਿੱਚ ਬੱਚਿਆਂ ਨੂੰ ਵੀਜ਼ੇ ਦੇਨੇ ਆ ਜਿਹੜੇ ਪਰਮਿਸ ਹੋਣਾ ਦੇ ਡਵੈਲਪ ਨਹੀਂ ਹੈ ਇੱਕ ਥਾਂ ਤੇ ਪਾਪੂਲੇਸ਼ਨ ਉਹਨਾਂ ਨੇ ਇਕੱਠੀ ਨਹੀਂ ਕਰਨੀ ਉਥੋਂ ਦੀ ਗਵਰਨਮੈਂਟ ਇੱਕ ਤਰ੍ਹਾਂ ਦੀ ਮੈਨੇਜਮੈਂਟ ਕਰ ਰਹੀ ਆ ਉਸ ਚੀਜ਼ ਦੇ ਉੱਤੇ ਸਾਨੂੰ ਥੋੜਾ ਜਿਹਾ ਸਮਝਣ ਦੀ ਜ਼ਰੂਰਤ ਆ ਚੀਜ਼ਾਂ ਨੂੰ ਕੈਪਿੰਗ ਸਿਸਟਮ ਦੇ ਨਾਲ ਇਹ ਨਹੀਂ ਕਿ ਵੀਜ਼ੇ ਰੁਕ ਜਾਣਗੇ ਪਰਮਿਸ ਦੇ ਅਕੋਰਡਿੰਗਲੀ ਉਹਦੇ ਵਿੱਚ ਡਿਵਾਈਡ ਹੋਗਾ ਜਿਵੇਂ ਸਾਰਾ ਬੱਚਾ ਵੈਨਕੂਵਰ ਜਾ ਰਿਹਾ ਹੈ ਉਥੇ ਬਹੁਤ ਜ਼ਿਆਦਾ ਜਿਹੜੀ ਹੈ ਕਿ ਅਨਇੰਪਲੋਇਮੈਂਟ ਜਿਹੜੀ ਹੋ ਰਹੀ ਆ ਉਹਦੇ ਲਈ ਵੀ ਬਹੁਤ ਸਾਰੀਆਂ ਚੀਜ਼ਾਂ ਆ ਜਿਹੜੀ ਉਥੋਂ ਦੀ ਗਵਰਨਮੈਂਟ ਜਿਹੜੀ ਦੇਖ ਰਹੀ ਆ ਸਾਡਾ ਜਿਹੜੇ ਇੱਥੋਂ ਦੇ ਜਿੰਨੇ ਵੀ ਪੈਨਿਕ ਕਹਿ ਸਕਦੀਆਂ ਮੈਂ ਕਿ ਸਟੂਡੈਂਟ ਜਾਂਦੇ ਆ ਇੱਕਦਮ ਵੀਡੀਓ ਬਣਾਈ ਪਾ ਦਿੱਤੀ ਕਿ ਇੱਥੇ ਕੰਮ ਨਹੀਂ ਹੈਗਾ ਇਹ ਕੰਟਰੀ ਚ ਨਹੀਂ ਆਉਣਾ ਚਾਹੀਦਾ ਉਹਨਾਂ ਨੇ ਉਸ ਸਿਸਟਮ ਨੂੰ ਸੈਟਲ ਕਰਨ ਦੇ ਲਈ ਵਰਕ ਪਰਮਿਟ ਵੀ ਤਾਂ ਇਸ਼ੂ ਕਰ ਰਿਆ ਇਸ ਟਾਈਮ ਉਹ ਤੇ ਉਹਨਾਂ ਨੇ ਕੈਪਿੰਗ ਸਿਸਟਮ ਕੀਤਾ ਹੈ ਤੇ ਬਟ ਆਉਣ ਵਾਲਾ ਟਾਈਮ ਹੋਗਾ ਤੇ ਉਹਨਾਂ ਨੇ ਇਹ ਵੀ ਕਰਨਗੇ ਕਿ ਇਸ ਪਰਮਿਟਸ ਦੇ ਵਿੱਚ ਅਸੀਂ ਐਨੇ ਬੱਚੇ ਹੋਰ ਮਗਾ ਸਕਦੇ ਆ ਉਹਦੇ ਵਿੱਚ ਔਨ ਡਿਮਾਂਡ ਲਿਸਟਸ ਹੋਣਗੀਆਂ ਜਿਹੜੀਆਂ ਅਸੀਂ ਔਨ ਡਿਮਾਂਡ ਲਿਸਟ ਦੀ ਹਮੇਸ਼ਾ ਗੱਲ ਕਰਦੇ ਸੀਗੇ ਕਿ ਔਨ ਡਿਮਾਂਡ ਲਿਸਟ ਦੇ ਵਿੱਚ ਹੀ ਬੱਚੇ ਨੂੰ ਅਪਲਾਈ ਕਰਨਾ ਚਾਹੀਦਾ ਹੈ ਉਹ ਲਿਸਟਾਂ ਜਾਰੀ ਹੋਣਗੀਆਂ ਉੱਥੋਂ ਦੀ ਗਵਰਨਮੈਂਟ ਵੱਲੋਂ ਔਨ ਵਾਲੇ ਟਾਈਮ 'ਚ ਪ੍ਰੋਪਰ ਸਿਸਟਮ ਬਣ ਰਿਹਾ ਹੈ ਇਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਘਬਰਾਣ ਦੀ ਜ਼ਰੂਰਤ ਨਹੀਂ ਹੈ ਕਿ ਕੈਪਿੰਗ ਸਿਸਟਮ ਕਰ ਦਿੱਤਾ ਕਿ ਉਹਨਾਂ ਨੇ ਸਿਰਫ 4 ਲੱਖ ਸਟੂਡੈਂਟ ਕਿਹਾ ਤਾਂ 4 ਲੱਖ ਸਟੂਡੈਂਟ ਨੂੰ 4 ਲੱਖ ਸਟੂਡੈਂਟ ਉਹਨਾਂ ਨੇ ਜਿਹੜੀ ਇੰਪਲॉयਮੈਂਟ ਮੰਗਾਣੀ ਹੈ ਜਿਹੜੇ ਇੱਥੋਂ ਦੇ ਕੰਮੇ ਮੰਗਾਣੇ ਆ ਉਹ ਉਹਨਾਂ ਨੇ ਇੱਕ ਮਲਟੀ ਟੈਲੈਂਟਡ ਮੰਗਾਣੇ ਆ ਉਸ ਤੋਂ ਬਾਅਦ ਔਨ ਡ ਇਸ profession ਦੇ ਵਿੱਚ ਇੰਨੇ ਚਾਹੀਦੇ ਆ ਇਹ ਆ ਕੇ ਕੋਰਸ ਕਰ ਸਕਦੇ ਆ ਜਾਂ IT ਵਾਲੇ ਚਾਹੀਦੇ ਆ ਜਾਂ ਸਾਨੂੰ ਕਿਸੇ ਵੀ ਰਿਲੇਟਡ ਮੈਨੇਜਮੈਂਟ ਵਾਲ ਚਾਹੀਦੇ ਆ ਕੇਅਰ ਟੇਕਰ ਚਾਹੀਦੇ ਆ ਨੈਨੀ ਕੇਅਰ ਵਾਲੇ ਜਿਹੜੇ ਸਾਡੇ ਜਾਂਦੇ ਸੀਗੇ ਉਹ ਚਾਹੀਦੇ ਆ ਉਹਦੇ ਵਿੱਚ on demand ਲਿਸਟ ਜਾਰੀ ਹੋਇਆ ਕਰਨੀ ਆ ਅਕੋਰਡਿੰਗ ਟੂ ਪ੍ਰਵਿੰਸ ਤੇ ਇਸ ਕਰਕੇ ਸਾਨੂੰ ਸਮਝਣ ਦੀ ਜ਼ਰੂਰਤ ਹੈ ਕਿ ਜਿਹੜੀ ਕੈਪਿੰਗ ਸਿਸਟਮ ਹੋ ਰਿਹਾ ਹੈ ਇਹ ਵੀ ਇਨ ਫਿਊਚਰ ਸਾਡੇ ਲਈ ਬਹੁਤ ਜਿਹੜਾ ਹੈ ਕਿ ਇਹ ਪਲੱਸ ਪੁਆਇੰਟ ਲੈ ਕੇ ਆਊਗਾ ਕਿ ਬੱਚਾ ਇਥੇ ਹਨੇਰੇ ਚ ਬੈਠਾ ਹੁੰਦਾ ਸੀ ਉਹਨੂੰ ਪਤਾ ਹੀ ਨਹੀਂ ਹੁੰਦਾ ਸੀ ਕਿ on demand ਲਿਸਟ ਕੀ ਆ ਜਿਹੜੇ ਵੀ ਸਲਟਨ ਵੱਲੋਂ ਕੋਰਸ ਦੇ ਦਿੱਤਾ ਜਾਂਦਾ ਸੀ ਉਹ ਬੱਚਾ ਕੋਰਸ ਲੈ ਲੈਂਦਾ ਸੀ ਉਹ ਮੰਨ ਲੈਂਦਾ ਸੀ ਕਿ ਮੇਰਾ ਇਹਦੇ ਵਿੱਚ ਵੀਜ਼ਾ ਨਿਕਲ ਜਾਊਗਾ ਆਉਣ ਵਾਲਾ ਟਾਈਮ ਵੀਜ਼ੇ ਦਾ ਹੈ ਉਥੋਂ ਦੀ ਗਵਰਨਮੈਂਟ ਨੇ ਦੇਖ ਲਿਆ ਕਿ ਇੱਥੇ ਕੀ ਹੋ ਰਿਹਾ ਹੈ ਇਥੋਂ ਦੀ ਜਿਹੜੀ ਆ ਇੰਡੀਆ ਦੀ ਮਾਰਕੀਟ ਹੈ ਇਹਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ ਉਹਦੇ ਉੱਤੇ ਵਰਕਆਊਟ ਹੋ ਰਿਹਾ ਹੈ ਇਸ ਕਰਕੇ ਕੈਪਿੰਗ ਸਿਸਟਮ ਜਾਂ ਜਿਹੜਾ ਸਾਡਾ ਟੈਸਟਿੰਗ ਲੈਟਰ ਦੀ ਗੱਲ ਕੀਤੀ ਗਈ ਆ ਆਲਰੇਡੀ ਕਯੂਬਿਕ ਮੌਂਟਰੀਅਲ ਦੇ ਵਿੱਚ ਅਸੀਂ ਸੀਕਯੂ ਲੈਟਰ ਲੈਂਦੇ ਸੀ ਉਸ ਤੋਂ ਬਾਅਦ ਹੀ ਐਮਬੈਸੀ 'ਚ ਫਾਈਲ ਲਾਉਂਦੇ ਸੀ ਬਹੁਤ ਵੱਡੇ ਮੁੱਦੇ ਨਹੀਂ ਐ ਇਹ ਇਹ ਛੋਟੀਆਂ-ਛੋਟੀਆਂ ਚੀਜ਼ਾਂ ਐ ਜਿਹੜੀਆਂ ਸੁਧਾਰਨ ਵਾਸਤੇ ਉਹਨਾਂ ਨੇ ਜਿਹੜੀਆਂ ਅਪਲਾਈ ਕੀਤੀਆਂ ਨੇ ਤੇ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਸਾਨੂੰ ਸਮਝਣ ਦੀ ਜ਼ਰੂਰਤ ਆ ਕੋਈ ਜ਼ਿਆਦਾ ਇੰਨਾ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਆ ਕਿ ਪਤਾ ਨਹੀਂ ਕੈਨੇਡਾ ਗਵਰਨਮੈਂਟ ਕੀ ਕਰ ਦੂਗੀ ਔਨ ਵਾਲਾ ਟਾਈਮ ਕੈਨੇਡਾ ਗਵਰਨਮੈਂਟ ਬੰਦ ਕਰ ਦੂਗੀ ਇਹ ਮਾਹੌਲ ਕ੍ਰੀਏਟ ਕਰਨ ਦੀ ਜ਼ਰੂਰਤ ਨਹੀਂ ਆ ਸਿਸਟਮ ਬਣ ਰਿਹਾ ਹੈ ਜਿਹੜਾ ਬੱਚਾ ਇੱਥੇ ਗੁੰਮਰਾਹ ਹੋ ਰਿਹਾ ਸੀ ਪੈਕੇਜ ਦੇ ਵਿੱਚ ਪੈ ਰਿਹਾ ਸੀਗਾ ਉਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੈਨਿਪੂਲੇਟ ਹੋ ਰਹੀਆਂ ਉਹ ਸਾਰੀਆਂ ਬੰਦ ਹੋ ਜਾਣਗੀਆਂ ਬਿਲਕੁਲ ਪਿਓਰ ਸਟੂਡੈਂਟ ਜਾਊਗਾ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਇਹਦੇ ਵਿੱਚ ਮੈਨਿ ਕਿ ਇਹ ਪ੍ਰੋਪਰ ਤਰੀਕੇ ਨਾਲ ਜਦੋਂ ਸਿਸਟਮ ਬਣ ਜਾਊਗਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਉਹ ਸਟੂਡੈਂਟ ਲਈ ਬੈਨੀਫੀਸ਼ੀਅਰ ਹੀ ਸਾਬਿਤ ਹੋਊਗਾ ਅ ਬਿਲਕੁਲ ਜਿਹੜੇ ਵੀ ਚੇਂਜਿੰਗ ਹੁੰਦੇ ਆ ਸਟੂਡੈਂਟ ਨੂੰ ਧਿਆਨ ਵਿੱਚ ਰੱਖ ਕੇ ਕੋਈ ਵੀ ਗਵਰਨਮੈਂਟ ਕਰਦੀ ਆ ਕਿ ਸਟੂਡੈਂਟ ਆਵੇ ਇੱਥੇ ਪੜ੍ਹਾਈ ਕਰੇ ਪਹਿਲਾਂ ਜਿਵੇਂ ਜੀਆਈਸੀ ਵਧੀਆ ਤਾਂ ਉਸ ਦੇ ਨਾਲ ਵੀ ਇਹੀ ਹੁੰਦਾ ਵੀ ਸਟੂਡੈਂਟ ਨੂੰ ਇੱਥੇ ਅੱਗੇ ਪਰੇਸ਼ਾਨੀ ਨਾ ਆਵੇ ਕਿਉਂਕਿ ਉਸ ਨੂੰ ਰਹਿਣ ਦੇ ਵਿੱਚ ਖਾਣ ਪੀਣ ਦੇ ਵਿੱਚ ਜੇ 2-4 ਮਹੀਨੇ 5 ਮਹੀਨੇ ਜੇ ਉਹਨੂੰ ਕੰਮ ਨਹੀਂ ਵੀ ਮਿਲਦਾ ਤਾਂ ਉਹ ਆਪਣਾ ਜਿਹੜਾ ਖਰਚਾ ਘਟੋ ਘਟਾ ਉਹ ਚਲਾ ਸਕੇ ਉਸ ਨੂੰ ਰੋਟੀ ਪਾਣੀ ਤੇ ਜਿਹੜਾ ਰੋਟੀ ਕਪੜਾ ਮਕਾਨ ਜਿਵੇਂ ਬੇਸਿਕ ਚੀਜ਼ਾਂ ਹੁੰਦੀਆਂ ਵੀ ਉਸ ਨੂੰ ਲੈ ਕੇ ਉਸ ਨੂੰ ਕੋਈ ਪ੍ਰੋਬਲਮ ਨਾ ਹੋਵੇ ਇਸ ਕਰਕੇ ਵੀ ਜੀਆਈਸੀ ਦੇ ਵਿੱਚ ਵਾਧ ਉਸ ਨੂੰ ਲੈ ਕੇ ਵੀ ਘਬਰਾਉਣ ਦੀ ਲੋੜ ਨਹੀਂ ਹੈ ਤੁਸੀਂ ਇੱਕ ਵਾਰੀ ਸਕਰੀਨ ਦੇ ਦਿੱਤੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਔਰ ਪੂਰੀ ਜਾਣਕਾਰੀ ਹੈ ਜਿਹੜੀ ਲੈ ਸਕਦੇ ਹੋ ਮੈਮ ਨਾਲ ਦੇ ਨਾਲ ਜੀਆਈਸੀ ਦਾ ਸਮਝਣਾ ਚਾਹਾਂਗੇ ਕਿਊਬੈਕ ਦੇ ਵਿੱਚ ਜੀਆਈਸੀ ਕਿੰਨੀ ਹੈਗੀ ਹੈ ਔਰ ਕਿਸ ਤਰ੍ਹਾਂ ਦੇ ਨਾਲ ਸਟੂਡੈਂਟ ਨੂੰ ਵਾਪਸ ਮਿਲੂਗੀ ਔਰ ਸ਼ੁਰੂ ਚ ਜਿਵੇਂ ਬਾਕੀ ਪ੍ਰੋਵਿੰਸ ਦੇ ਵਿੱਚ 20000 ਡਾਲਰ ਭਰਨੀ ਪੈਂਦੀ ਹੈ ਇੱਥੇ ਕਿੰਨੀ ਹੈ ਕਰ ਕੇ ਜਾ ਸਕਦਾ ਸਟੂਡੈਂਟ ਇੱਥੇ ਪਲਵਿੰਦਰ ਜੀ 14500 ਡਾਲਰ ਹੈ ਜਿਹੜੇ ਬੱਚਾ ਪੇ ਕਰਕੇ ਜਾ ਸਕਦਾ ਹੈ ਸਮਥਿੰਗ 9 ਲੱਖ ਜਿਹੜਾ ਹੈ ਉਹ ਇੰਡੀਅਨ ਬਣੂਗਾ ਜਿਹਦੇ ਕਿ ਬੱਚੇ ਨੂੰ ਕਾਫੀ ਰਿਲੈਕਸੇਸ਼ਨ ਹੈ ਬਾਕੀ ਸਾਡੇ ਕੋਲ ਇਹਦੇ ਵਿੱਚ ਘੱਟ ਫੀਸਿਸ ਵਾਲੇ ਕੋਰਸੇਜ਼ ਵੀ ਕਯੂਬਿਕ ਮੌਂਟਰੀਅਲ ਦੇ ਵਿੱਚ ਅਵੇਲੇਬਲ ਨੇ ਤੇ ਇਹ ਰੂਲ ਐਂਡ ਰੈਗੂਲੇਸ਼ਨ ਰਿਲੈਕਸੇਸ਼ਨ ਜੋ ਹੈ ਇਹ ਪ੍ਰਿਵਿੰਸ ਵਾਈਜ਼ ਹੈ ਤੇ ਇਹਦੇ ਵਿੱਚ ਕਿੰਨੀ ਵਾਪਸ ਆਊਗੀ ਜਿਵੇਂ ਅਕੋਰਡਿੰਗ ਟੂ ਉੱਥੇ ਡਿਵਾਈਡ ਹੋ ਕੇ ਤੁਹਾਡੀ ਵਾਪਸ ਆ ਰਹੀ ਆ ਉਵੇਂ ਹੀ ਵਾਪਸ ਆਊਗੀ ਇਹਦੇ ਵਿਚ ਕਿਉਂਕਿ ਬਹੁਤ ਜ਼ਿਆਦਾ ਹੈ ਨਹੀਂ ਇਹਦੇ ਵਿੱਚ ਮੇਰੇ ਅਕੋਰਡਿੰਗਲੀ ਬੱਚੇ ਨੂੰ ਵਾਪਸ ਲੈਣ ਚ ਇਨਾ ਬੈਨੀਫਿਟ ਨਹੀਂ ਹੁੰਦਾ ਜੇ ਬੱਚਾ ਲੈਣੀ ਚਾਹੁੰਦਾ ਹੈ ਤੇ ਤਿੰਨ ਜਾਂਦੇ ਸਾਰੇ ਇੱਕ ਮਹੀਨੇ ਦੇ ਅੰਦਰ ਅੰਦਰ ਉਹਨੂੰ ਇਹਦੇ ਵਿੱਚੋਂ ਸਮਥਿੰਗ ਕੁਝ ਡਾਲਰ ਜਿਹੜੇ ਉਹਨਾਂ ਨੇ ਡਿਸਾਈਡ ਕੀਤੇ ਆ ਜਿਹੜੇ ਕਿ ਮੈਨੂੰ ਪ੍ਰੋਪਰ ਤਰੀਕੇ ਨਾਲ ਮੈਂ ਇੱਥੇ ਕਲੀਅਰ ਨਹੀਂ ਕਰ ਪਾਉਂਗੀ ਕਿਉਂਕਿ ਮੈਂ ਕਨਫਰਮਡ ਨਹੀਂ ਆ ਉਹਦੇ ਵਿੱਚ ਕੁਝ ਡਾਲਰ ਜਿਹੜੇ ਫਸਟ ਮੰਥ ਹੀ ਬੱਚੇ ਨੂੰ ਮਿਲ ਜਾਣੇ ਆ ਬਾਕੀ ਜਿਹੜਾ ਮੰਥਲੀ ਜਿਵੇਂ ਬੱਚੇ ਨੂੰ ਜੀਆਈਸੀ ਪਹਿਲਾਂ ਮਿਲਦਾ ਸੀ ਉਵੇਂ ਹੀ ਬੱਚੇ ਨੂੰ ਜੀਆਈਸੀ ਉਹ ਜਿਹੜਾ ਮਿਲੂਗਾ ਤੇ ਜਿਹੜੇ ਟਿਊਸ਼ਨ ਫੀਸਿਸ ਐ ਇਹ ਸਾਡੇ ਕੋਲ ਇਹ ਵੀ ਰਿਲੈਕਸਿੰਗ ਪੁਆਇੰਟ ਹੈਗਾ ਕਿ ਬੱਚਾ ਟਿਊਸ਼ਨ ਫੀਸ ਆਫਟਰ ਵੀਜ਼ਾ ਵੀ ਪੇ ਕਰ ਸਕਦਾ ਹੈ ਔਰ CAQ ਲੈਟਰ ਆਉਣ ਤੋਂ ਬਾਅਦ ਬੱਚਾ 90 80% ਜਿਹੜਾ ਡੈਮ ਸ਼ੋਰ ਹੋ ਜਾਂਦਾ ਹੈ ਕਿ ਉਹਦਾ ਜਿਹੜਾ ਵੀਜ਼ਾ ਨਿਕਲ ਜਾਊਗਾ ਕਿਉਂਕਿ CAQ ਲੈਟਰ ਸਟੂਡੈਂਟਸ ਨੂੰ ਉਹਨਾਂ ਨੂੰ ਹੀ ਉਥੋਂ ਦੀ ਗਵਰਨਮੈਂਟ ਉਥੋਂ ਦਾ ਪਰਮਿਸ ਪਰਵਾਇਡ ਕਰਦਾ ਹੈ ਜਿਹੜੇ ਬੱਚਿਆਂ ਦਾ ਪ੍ਰੋਫਾਈਲ ਬਿਲਕੁਲ ਸੈਟਲ ਹੁੰਦਾ ਹੈ ਕਿ ਜਿਹੜਾ ਵੀਜ਼ਾ ਨਿਕਲਣ ਦੇ ਵਿੱਚ ਕਾਫੀ ਜਿਹੜਾ ਉਹ CAQ ਲੈਟਰ ਹੈਲਪ ਕਰਦਾ ਹੈ ਕਿ ਉਥੋਂ ਦੀ ਗਵਰਨਮੈਂਟ ਨੇ ਉਸ ਬੱਚੇ ਬਾਰੇ ਪੂਰੀ ਇਨਕੁਆਇਰੀ ਕਰ ਲਈਏ ਤੇ ਵੀਜ਼ਾ ਆਫੀਸਰ ਉਹਦੇ ਉੱਤੇ ਬਹੁਤ ਜ਼ਿਆਦਾ ਰਿਐਕਸ਼ਨ ਨਹੀਂ ਦਿੰਦਾ ਤੇ ਵੀਜ਼ਾ ਨਿਕਲਣ ਦੇ 80 90% ਜਿਹੜੇ ਚਾਂਸਸ ਹੁੰਦੇ ਨੇ ਬੱਚੇ ਦੇ ਉਹਦੇ ਵਿੱਚ ਜਿਹੜੇ ਵੱਧ ਜਾਂਦੇ ਨੇ ਜਿਹੜੇ ਕਿ ਆਪਾਂ 50 50 ਲੈ ਕੇ ਚੱਲਦੇ ਹਾਂ ਜਦੋਂ ਅੰਬੈਸੀ ਦੇ ਵਿੱਚ ਅਪਲਾਈ ਹੁੰਦਾ ਇਸੇ ਕਰਕੇ ਮੈਂ ਟੈਸਟਿੰਗ ਲੈਟਰ ਨੂੰ ਵੀ ਕਹਿ ਰਹੀ ਹਾਂ ਜਿਹੜਾ ਇਹਨਾਂ ਨੇ ਕੀਤਾ ਪ੍ਰੋਵਿੰਸ ਵਾਈਜ਼ ਉਹ ਸਾਡੇ ਲਈ ਬੈਨੀਫਿਟ ਹੀ ਸਾਬਿਤ ਹੋਊਗਾ ਕਿਉਂਕਿ ਬੱਚਾ ਜਿਹੜਾ ਰਿਫਿਊਜ਼ ਹੋ ਜਾਂਦਾ ਸੀ ਬੱਚੇ ਨੂੰ ਪਤਾ ਹੀ ਨਹੀਂ ਲੱਗਦਾ ਸੀ ਮੇਰੀ ਰਿਫਿਊਜ਼ਲ ਦਾ ਕੀ ਰੀਜ਼ਨ ਹੈ ਕੀ ਕਾਰਨ ਹੈ ਉਥੋਂ ਦੀਆਂ ਜਿਹੜੀਆਂ ਸਟੇਟ ਨੇ ਆਪਣੇ ਸਟੇਟ ਦੇ ਲੈਵਲ ਤੇ ਉਹ ਸਟੂਡੈਂਟਸ ਦੇ ਬਾਰੇ ਚੀਜ਼ਾਂ ਵੈਰੀਫਾਈ ਕਰਨਗੀਆਂ ਇਸ ਕਰਕੇ ਕਯੂਬਿਕ ਮੋਂਟਰੀਅਲ ਲਈ ਅਸੀਂ ਐਕਸਪੀਰੀਅੰਸ ਦਾ ਸੀਏਕਯੂ ਲੈਟਰਸ ਇਸ ਇਸ਼ੂ ਕਰਾਉਂਦੇ ਰਹੇ ਹਾਂ ਇਸ ਕਰਕੇ ਸਾਨੂੰ ਇਹਦੇ ਵਿੱਚ ਪ੍ਰੋਪਰ ਤਰੀਕੇ ਨਾਲ ਐਕਸਪੀਰੀਅੰਸ ਹੈਗਾ ਤੁਸੀਂ ਇਸ ਟੈਸਟਿੰਗ ਲੈਟਰ ਬਾਰੇ ਕੋਈ ਵੀ ਇਨਫੋਰਮੇਸ਼ਨ ਕੋਈ ਜਾਣਕਾਰੀ ਚਾਹੁੰਦੇ ਹੋ ਤੁਸੀਂ ਐਨੀ ਟਾਈਮ ਕਾਲ ਕਰਕੇ ਸਾਡੇ ਕ੍ਰੀਏਟਿਵ ਫਿਊਚਰ ਕਾਉਂਸਲ ਜਾਂਦੇ ਆਫਿਸ ਤੇ ਵੈਲਟ੍ਰੇਨ ਸਟਾਫ ਤੋਂ ਤੁਸੀਂ ਪੁੱਛ ਸਕਦੇ ਹੋ ਜੇ ਮੈਨੂੰ ਵੀ ਮਿਲਣਾ ਤੁਸੀਂ ਮੈਨੂੰ ਵੀ ਮਿਲ ਸਕਦੇ ਹੋ ਇਸ ਕਰਕੇ ਇਹਦੇ ਉੱਤੇ ਬਹੁਤ ਜ਼ਿਆਦਾ ਸਾਨੂੰ ਉਹ ਕਰਨ ਦੀ ਜ਼ਰੂਰਤ ਨਹੀਂ ਹੈ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਕਿ ਪਤਾ ਨਹੀਂ ਸਤੰਬਰ 2024 ਚ ਨਾਲੇ ਲਾਗੂ ਹੋਣਾ ਹੈ ਮਈ 2024 ਲਈ ਤੁਸੀਂ ਆਪਣਾ ਅਪਲਾਈ ਕਰਕੇ ਈਜ਼ੀਲੀ ਜਾ ਸਕਦੇ ਹੋ ਮਈ ਲਈ ਕਾਫੀ ਅਜੇ ਸੀਟਾਂ ਜਿਹੜੀਆਂ 70 80 ਤਾ ਪਰਸੈਂਟ ਜਿਹੜੀਆਂ ਫੁੱਲ ਹੋ ਗਈਆਂ 30 ਪਰਸੈਂਟ ਸੀਟਸ ਤੁਹਾਡੇ ਲਈ ਅਵੇਲੇਬਲ ਨੇ ਤੁਸੀਂ ਲੈ ਸਕਦੇ ਹੋ ਜਾ ਸਕਦੇ ਹੋ ਆਉਣ ਵਾਲਾ ਟਾਈਮ ਵੀਜ਼ਾਸ ਦਾ ਹੈ ਇਸ ਕਰਕੇ ਜ਼ਿਆਦਾ ਸਟੂਡੈਂਟਸ ਨੂੰ ਇਹਦੇ ਉੱਤੇ ਚੀਜ਼ਾਂ ਤੇ ਜੋ ਰੂਲ ਐਂਡ ਰੈਗੂਲੇਸ਼ਨ ਜਾਂ ਸਿਸਟਮ ਦੇ ਵਿੱਚ ਚੇਂजेस ਆ ਰਹੇ ਆ ਮੇਜਰ ਫੋਕਸ ਦੇਣ ਦੀ ਜਰੂਰ ਹੈਗਾ ਤੁਸੀਂ ਆਪਣਾ ਪ੍ਰਵਿੰਸ ਚੁਣੋ ਟਾਈਮਲੀ ਅਪਲਾਈ ਕਰੋ ਆਪਣਾ ਇਨਟੇਕ ਚੈੱਕ ਕਰੋ ਤੁਹਾਨੂੰ ਕੋਰਸ ਧਿਆਨ ਨਾਲ ਸਿਲੈਕਟ ਕਰਨਾ ਚਾਹੀਦਾ ਕਿਉਂਕਿ ਗਵਰਨਮੈਂਟ ਕਾਫੀ ਐਕਟਿਵ ਆ ਤੇ ਉਹ ਇੱਥੋਂ ਦੇ ਮਾਹੌਲ ਨੂੰ ਦੇਖਣ ਤੋਂ ਬਾਅਦ ਪੈਕੀਜ਼ ਪੈਕੀਜ਼ ਅਸੀਂ ਮਾਰਕੀਟ ਦੇ ਵਿੱਚ ਇੰਨੀ ਕੁ ਮਾਰਕੀਟ ਨੂੰ ਇਸ ਲੈਵਲ ਤੇ ਲੈ ਆਏ ਸੀਗੇ ਉੱਥੋਂ ਦੀ ਗਵਰਨਮੈਂਟ ਤੱਕ ਇਹ ਗੱਲਾਂ ਗਈਆਂ ਕਿ ਅਸੀਂ ਮਾਰਕੀਟ ਨੂੰ ਪ੍ਰੋਪਰ ਇੱਕ ਪ੍ਰੋਡਕਟ ਬਣਾ ਦਿੱਤਾ ਇੱਕ ਸਟੱਡੀ ਵੀਜ਼ਾ ਸਿਸਟਮ ਹੈ ਅਪਲਾਈ ਕਰੋ ਟਿਊਸ਼ਨ ਫੀਸ ਪੇ ਕਰੋ ਉੱਥੋਂ ਦੀ ਗਵਰਨਮੈਂਟ ਦੇ ਪੇਪਰਵਰਕ ਜਮਾ ਕਰੋ ਉਸ ਤੋਂ ਬਾਅਦ ਤੁਹਾਨੂੰ ਵੀਜ਼ਾ ਜਿਹੜਾ ਉਹ ਗਰਾਂਟ ਕਰਦੇ ਆ ਪਰ ਅਸੀਂ ਇੱਥੇ ਹੁੰਦੇ ਜਿੰਨਾ ਵੀ ਸਾਡਾ ਜਿੰਨੀ ਵੀ ਮਾਰਕੀਟ ਖਾਸ ਕਰਕੇ ਪੰਜਾਬ ਹਰਿਆਣਾ ਅਸੀਂ ਪੈਕੇਜ ਚ ਐਨਾ ਕਨਵਰਟ ਕਰ ਦਿੱਤਾ ਉਥੋਂ ਦੇ ਸਿਸਟਮ ਨੇ ਇਹਨਾਂ ਚੀਜ਼ਾਂ ਨੂੰ ਪਿਕਅਪ ਕੀਤਾ ਹੈ ਇਹ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ ਕਿਉਂਕਿ ਹਮੇਸ਼ਾ ਮੈਂ ਇੱਥੇ ਬੈਠ ਕੇ ਬੋਲਿਆ ਕਿ ਸਿਸਟਮ ਦੇ ਵਿੱਚ ਪਾ ਕੇ ਉਥੋਂ ਦੇ ਗਵਰਨਮੈਂਟ ਦੇ ਰੂਲ ਐਂਡ ਰੈਗੂਲੇਸ਼ਨ ਨੂੰ ਸਮਝਦੇ ਹੋਏ ਹੀ ਅਪਲਾਈ ਕਰੋ ਇਹ ਸਾਡੇ ਲਈ ਆਉਣ ਵਾਲੇ ਟਾਈਮ ਚ ਚੀਜ਼ਾਂ ਜਿਹੜੀਆਂ ਸਖਤੀ ਕਰਵਾ ਸਕਦੀਆਂ ਉਹੀ ਚੀਜ਼ ਆ ਉਥੋਂ ਦੀ ਗਵਰਨਮੈਂਟ ਹੁਣ ਸਿਸਟਮ ਬਣਾ ਰਹੀ ਆ ਕਿਉਂਕਿ ਹੁਣ ਕੋਈ ਪੈਕੇਜ ਦੀ ਗੱਲ ਨਹੀਂ ਹੋ ਰਹੀ ਕਿਉਂ ਨਹੀਂ ਹੋ ਰਹੀ ਕਿਉਂਕਿ ਸਿਸਟਮ ਰੂਲ ਐਂਡ ਰੈਗੂਲੇਸ਼ਨ ਹਰ ਮੰਥ ਬਾਅਦ ਚੇਂਜ ਕਰ ਰਿਹਾ ਹੈ ਤੇ ਅਪਲਾਈ ਕਰ ਰਿਹਾ ਹੈ ਤੇ ਹੁਣ ਉਹਨਾਂ ਨੇ ਇਸ ਚੀਜ਼ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਅਪਲਾਈ ਕਰਨਗੇ ਇਸ ਕਰਕੇ ਸਟੂਡੈਂਟ ਨੂੰ ਵੀ ਪੈਕਜ ਸਿਸਟਮ ਚ ਨਾ ਪੈ ਕੇ ਹੋ ਕੇ ਪਰ ਆਪਣੀਆਂ ਫੀਸਿਸ ਪਰ ਕੇ ਪ੍ਰੋਪਰ ਜੀਆਈਸੀ ਹਜੇ ਵੀ ਮਾਰਕੀਟ ਚੱਲ ਰਹੀ ਆ ਜੇ ਤੁਹਾਡਾ ਵੀਜ਼ਾ ਨਾ ਲੱਗਿਆ ਤੇ ਐਨੇ ਪੈਸੇ ਲੈ ਜੋ ਬਿਲਕੁਲ ਇਸ ਚੱਕਰ ਚ ਨਾ ਪਾਓ ਇਹ ਕੋਈ ਪ੍ਰੋਡਕਟ ਨਹੀਂ ਆ ਜਾਂ ਕੋਈ ਇਹ ਇਹੋ ਜੀ ਚੀਜ਼ ਨਹੀਂ ਆ ਤੁਹਾਡਾ ਕੈਰੀਅਰ ਹੈ ਕੈਰੀਅਰ ਦੇ ਉੱਤੇ ਪ੍ਰੋਪਰ ਬੱਚੇ ਨੂੰ ਫੋਕਸ ਕਰਨਾ ਚਾਹੀਦਾ ਆਪਣੇ ਕੈਰੀਅਰ ਦੇ ਉੱਤੇ ਤੁਸੀਂ ਕੰਮ ਕਰ ਰਹੇ ਹੋ ਕੋਈ ਵੀ ਤੀਸਰੇ ਬੰਦੇ ਨੂੰ ਇਹਦੇ ਉੱਤੇ ਬੋਲੀ ਲਾਉਣ ਦਾ ਜਾਂ ਇਹਨੂੰ ਤੇ ਗਾਰੰਟੀ ਦੇਣ ਦੀ ਜ਼ਰੂਰਤ ਨਹੀਂ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੇ ਪ੍ਰੋਫਾਈਲ ਦੇ ਕਿੰਨੇ ਚਾਂਸਸ ਨੇ ਤੁਸੀਂ ਵੀਜ਼ਾ ਕੱਢ ਸਕਦੇ ਹੋ ਜਾਂ ਨਹੀਂ ਕੱਢ ਸਕਦੇ ਅਸੀਂ ਕੰਸਲਟੈਂਟ ਆਸੀਂ ਕੋਮੀਡੀਏਟਰ ਦਾ ਕੰਮ ਕਰ ਸਕਦੇ ਹਾਂ ਅਸੀਂ ਤੁਹਾਨੂੰ ਸਲਾਹ ਦੇ ਸਕਦੇ ਹਾਂ ਐਸਓਪੀ ਦੇ ਵਿੱਚ ਸਲਾਹ ਦੇ ਸਕਦੇ ਹਾਂ ਕੋਰਸ ਦੇ ਵਿੱਚ ਪ੍ਰਵਿੰਸ ਦੇ ਵਿੱਚ ਬਟ ਤੁਹਾਡਾ ਵੀਜ਼ਾ ਜਿਹੜਾ ਉਹ ਕੋਈ ਕੰਸਲਟੈਂਟ ਨਹੀਂ ਕੱਢਦਾ ਤੁਹਾਡੇ ਪ੍ਰੋਫਾਈਲ ਦਾ ਜਿਹੜਾ ਸਕਸੈਸ ਰੇਟ ਆ ਕਿ ਤੁਹਾਡੀ ਪ੍ਰੋਫਾਈਲ ਕੀ ਬੋਲਦੀ ਆ ਪ੍ਰੋਫਾਈਲ ਕਲਾ ਆਇਲਟ ਸਕੋਰ ਜਾਂ ਤੁਹਾਡੀ ਐਜੂਕੇਸ਼ਨ ਨਹੀਂ ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟਸ ਵੀ ਆ ਇਸ ਕਰਕੇ ਬੱਚੇ ਨੂੰ ਪ੍ਰੋਪਰ ਸਿਸਟਮ ਨੂੰ ਸਮਝ ਕੇ ਅਪਲਾਈ ਕਰਨਾ ਚਾਹੀਦਾ ਹੈ ਹੂੰ ਅ ਬਿਲਕੁਲ ਹੈ ਜਿਵੇਂ ਮੈਮ ਨੇ ਕਿਹਾ ਕਿ ਕਈ ਇਸ ਤਰ੍ਹਾਂ ਦੀ ਐਡਸ ਵੀ ਅਸੀਂ ਵੀ ਦੇਖਦੇ ਹੁੰਦੇ ਹਾਂ ਕਿ ਜੇ ਤੁਹਾਡਾ ਵੀਜ਼ਾ ਨਾ ਲੱਗਿਆ ਤਾਂ ਸਾਡੇ ਤੋਂ ਇੰਨੇ ਪੈਸੇ ਤੁਸੀਂ ਲੈ ਜਾਓ ਵਾਪਸ ਲੈ ਜਾਓ ਯਾਨੀ ਕਿ ਇੰਨੇ ਅਸੀਂ ਆਪਣੇ ਕੋਲੋਂ ਦਵਾਂਗੇ ਇਸ ਤਰ੍ਹਾਂ ਦੀਆਂ ਐਡਸ ਵੀ ਦੇਖਦੇ ਆ ਪਰ ਫਿਰ ਵੀ ਤੁਸੀਂ ਧਿਆਨ ਰੱਖਣਾ ਹੈ ਕਿ ਕਿਹੜਾ ਕੰਸਲਟੈਂਟ ਤੁਹਾਨੂੰ ਵੀਜ਼ੇ ਦੇ ਮੁਕਾਮ ਤੱਕ ਲੈ ਕੇ ਜਾ ਸਕਦਾ ਹੈ ਕੰਸਲਟੈਂਟ ਜਿਹੜਾ ਵੀਜ਼ਾ ਹੁੰਦਾ ਐਮਬੈਸੀ ਨੇ ਦੇਣਾ ਹੈ ਕੰਸਲਟੈਂਟ ਦਾ ਰੋਲ ਹੁੰਦਾ ਤੁਹਾਨੂੰ ਸਹੀ ਤਰੀਕੇ ਦੇ ਨਾਲ ਗਾਈਡ ਕਰਨਾ ਕੈਰੀਅਰ ਕਾਉਂਸਲਿੰਗ ਦਾ ਜਿਹੜਾ ਕੰਮ ਹੈ ਬਹੁਤ ਕੰਸਲਟੈਂਟ ਜਿਹੜੇ ਅੱਛੇ ਕਰਦੇ ਆ ਔਰ ਤੁਹਾਨੂੰ ਸਹੀ ਆਪਨਾ ਉਸ ਦੇ ਵਿੱਚ ਤੁਹਾਡੀ ਸਹਾਇਤਾ ਕਰਦੇ ਆ ਕਿਸ ਤਰ੍ਹਾਂ ਦੇ ਨਾਲ ਤੁਸੀਂ ਪਹੁੰਚ ਸਕਦੇ ਹੋ ਜਿਵੇਂ ਮੈਂਮ ਨੇ ਕਿਹਾ ਜਿਹੜੇ ਵੀ ਸਟੂਡੈਂਟ ਕੈਨੇਡਾ ਜਾਣਾ ਚਾਹੁੰਦੇ ਆ ਕਿਊਬਿਕ ਦੇ ਵਿੱਚ ਤੁਸੀਂ ਤਕਰੀਬਨ 5 5500 ਡਾਲਰ ਤਾ ਤੁਸੀਂ ਜੀਆਈਸੀ ਜਿਹੜੀ ਆਪਣੀ ਬਚਾ ਸਕਦੇ ਹੋ ਔਰ ਨਾਲ ਦੀ ਨਾਲ ਜਿਵੇਂ ਹੁਣ ਬਾਕੀ ਪ੍ਰੋਵਿੰਸ ਚ ਹੋ ਸਕਦਾ ਫਾਈਲਾਂ ਜਿਹੜੀਆਂ ਨਹੀਂ ਲੱਗ ਰਹੀਆਂ ਜਾਂ ਸਤੰਬਰ ਇਨਟੇਕ ਦੇ ਕੁਝ ਚੇਂਜਿੰਗ ਜਿਹੜੇ ਆ ਸਕਦੇ ਆ ਜਾਂ ਆਉਣਗੇ ਪਰ ਕਿਊਬਿਕ ਦੇ ਵਿੱਚ ਤੁਸੀਂ ਉਸੇ ਤਰੀਕੇ ਦੇ ਨਾਲ ਫਾਈਲ ਜਿਹੜੀ ਲਾ ਸਕਦੇ ਹੋ ਔਰ ਆਪਣਾ ਜਿਹੜਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ ਕੋਈ ਵੀ ਸਵਾਲ ਹੈ ਸਕਰੀਨ ਦੇ ਉੱਤੇ ਨੰਬਰ ਆ ਰਿਹਾ ਹੈ ਇਸ ਦੇ ਉੱਤੇ ਕਾਲ ਕਰੋ ਜੇ ਮੈਮ ਨੂੰ ਮਿਲਣਾ ਚਾਹੁੰਦੇ ਹੋ ਕ੍ਰੀਏਟਿਵ ਫਿਊਚਰ ਕਾਉਂਸਲੈਂਜਾਂ ਦਾ ਆਫਿਸ ਹੈ ਮੁਹਾਲੀ ਦੇ ਵਿੱਚ ਉੱਥੇ ਪਹੁੰਚ ਕੇ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋਰ ਪ੍ਰੋਪਰ ਤਰੀਕੇ ਦੇ ਨਾਲ ਜਾਣਕਾਰੀ ਆ ਜਿਹੜੀ ਲੈ ਸਕਦੇ ਹੋ ਪਰ ਹਜੇ ਫਿਰ ਵੀ ਆਪਾਂ ਕਹਿ ਸਕਦੇ ਹਾਂ ਵੀ ਅੱਛਾ ਟਾਈਮ ਹੈਗਾ ਜਿਨ੍ਹਾਂ ਨੇ ਕੈਨੇਡਾ ਜਾਣਾ ਹੈ ਕਯੂਬਿਕ ਦੀ ਆਪਸ਼ਨ ਬਹੁਤ ਵਧੀਆ ਹੈ ਹੋ ਸਕਦਾ ਮੈਮ ਪੀਆਰ ਨੂੰ ਲੈ ਕੇ ਵੀ ਇੱਥੇ ਥੋੜਾ ਜਲਦੀ ਹੋ ਜਾਂਦੀ ਹੋਣੀ ਹੈ ਬਾਕੀ ਪ੍ਰੋਵਿੰਸ ਨਾਲੋਂ ਬਿਲਕੁਲ ਕਯੂਬਿਕ ਮੌਂਟਰੀਅਲ ਕਾਫੀ ਰਿਲੈਕਸੇਸ਼ਨ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਫ੍ਰੈਂਚ ਸਿੱਖਣ ਦੀ ਵੀ ਤੁਹਾਨੂੰ ਉੱਥ ਵੀ ਈਜ਼ੀ ਐ ਬਾਕੀ ਕੋਰਸਿਸ ਐਵੇਂ ਦੇ ਆ ਕਿ ਜਿਹੜੇ ਬੱਚੇ ਦੇ ਆਉਣ ਵਾਲੇ ਕੈਰੀਅਰ ਦੇ ਉੱਤੇ ਕੰਮ ਕਰਨਗੇ ਸਕਿੱਲਸ ਦੇ ਉੱਤੇ ਕੰਮ ਕਰਨਗੇ ਬੱਚੇ ਨੂੰ ਕੱਲ ਤੋਂ ਦਿਨ ਜੇ ਇੱਥੋਂ ਪੀਆਰ ਲੈਣ ਤੋਂ ਬਾਅਦ ਹੋਰ ਪ੍ਰਵਿੰਸ ਦੇ ਵਿੱਚ ਵੀ ਮੂਵ ਔਨ ਕਰਦਾ ਹੈ ਤੇ ਬੱਚੇ ਦੀ ਅਰਨਿੰਗ ਗ੍ਰੋਥ ਜਿਹੜੀ ਫਿਊਚਰ ਗ੍ਰੋਥ ਆ ਉਹ ਬਹੁਤ ਅੱਛੀ ਹੋਊਗੀ ਇਸ ਕਰਕੇ ਕਯੂਬਿਕ ਮੌਂਟਰੀਅਲ ਸ਼ੁਰੂ ਤੋਂ ਅਸੀਂ ਬਹੁਤ ਕੋਵਿਡ ਦੌਰ ਦੌਰਾਨ ਚੀਜ਼ਾਂ ਜਿਹੜੀਆਂ ਉਹ ਡਿਸਟਰਬ ਹੋਈਆਂ ਬਹੁਤ ਸ਼ੁਰੂ ਤੋਂ ਅਸੀਂ ਕਯੂਬਿਕ ਮੌਂਟਰੀਅਲ ਸਾਡਾ ਬੱਚਾ ਗਿਆ ਜਿਹੜਾ ਸੈਟਲ ਹੋਇਆ ਉੱਥੇ ਜਿਹੜੀਆਂ ਚੀਜ਼ਾਂ ਉਹਨਾਂ ਬੱਚੇ ਨੇ ਅਡਾਪਟ ਕੀਤੀਆਂ ਨੇ ਉਥੇ ਪੀਆਰ ਲੈਣ ਦੇ ਲਈ ਕੋਈ ਲੀਮੀਆਂ ਜਾਂ ਇਹ ਚੀਜ਼ਾਂ ਜਾਂ ਸਟੱਡੀ ਰੈਗੀ ਵਿੱਚ ਜਾਂ ਵਕ ਪਮਟ ਵਾਲੇ ਕਾਲਜ ਦਾ ਕੋਈ ਰੋਲਾ ਨਹੀਂ ਆ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਰਿਲੈਕਸਿੰਗ ਨੇ ਉਥੇ ਕਯੂਬਿਕ ਕੰਟਰੀਅਲ ਦੇ ਵਿੱਚ ਤੁਸੀਂ ਜਿਹੜੇ ਬੱਚੇ ਅਪਲਾਈ ਕਰਨਾ ਚਾਹੁੰਦੇ ਹੋ ਕਯੂਬਿਕ ਕੰਟਰੀਅਲ ਦੇ ਇੱਕ ਵਾਰ ਤੁਸੀਂ ਪਰਮਿੰਸ ਦੇ ਉੱਤੇ ਉਤੋਂ ਦੇ ਪੇਜ ਕਾਲਜੇਸ ਦੇ ਪੇਜ ਯੂਨੀਵਰਸਿਟੀਆਂ ਦੇ ਪੇਜ ਦੇ ਉੱਤੇ ਵਿਜ਼ਿਟ ਜਰੂਰ ਕਰੋ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਉਥੇ ਕਿਵੇਂ ਦੇ ਕੋਰਸੇਸ ਨੇ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਆਪਣੇ ਵੱਲ ਕੱਲ ਨੂੰ ਬੈਨੀਫੀਸ਼ੀਅ ਰਾਨੇ ਜਿਹੜੀਆਂ ਕੱਲ ਨੂੰ ਤੁਹਾਡੇ ਲਈ ਪ੍ਰੋਪਰ ਤਰੀਕੇ ਨਾਲ ਉੱਥੇ ਸੈਟਲਮੈਂਟ ਕ੍ਰੀਏਟ ਕਰਨਗੀਆਂ ਉਹ ਤੁਸੀਂ ਕਯੂਬਿਕ ਮੌਂਟਰੀਅਲ ਦੀਆਂ ਜਿਹੜੇ ਰੂਲ ਐਂਡ ਰੈਗੂਲੇਸ਼ਨ ਆ ਉਹ ਵੀ ਰੀਡ ਕਰਕੇ ਦੇਖ ਸਕਦੇ ਹੋ ਕਯੂਬਿਕ ਮੌਂਟਰੀਅਲ ਚ ਪੀਆਰ ਕਾਫੀ ਈਜ਼ੀ ਆ ਪੁਆਇੰਟ ਸਿਸਟਮ ਐ ਕਈ ਬੱਚੇ ਤਾਂ ਸਟੱਡੀ ਕਰਦੇ ਕਰਦੇ ਹੀ ਵਰਕ ਪਰਮਿਟ ਜਿਹੜਾ ਹੈ ਆਪਣਾ ਲੈ ਲੈਂਦੇ ਨੇ ਤੇ ਫਰਦਰ ਉਹਨਾਂ ਨੂੰ ਕਈ ਵਾਰ ਕਾਲਜ ਡ੍ਰੌਪ ਤਾਂ ਨਹੀਂ ਕਰਨਾ ਚਾਹੀਦਾ ਆਪਣਾ ਕੋਰਸ ਕੰਪਲੀਟ ਕਰਨਾ ਚਾਹੀਦਾ ਬਟ ਕਯੂਬਿਕ ਮੌਂਟਰੀਅਲ ਚ ਕਾਫੀ ਚੀਜ਼ਾਂ ਇਹੋ ਜਿਹੀਆਂ ਹੈਗੀਆਂ ਨੇ ਕਿ ਵਰਕ ਪਰਮਿਟ ਔਰ ਪੀਆਰ ਬੱਚਿਆਂ ਲਈ ਕਾਫੀ ਈ ਹਾਂ ਬਿਲਕੁਲ ਹੈ ਤੁਹਾਡਾ ਕੈਨੇਡਾ ਸਟੱਡੀ ਵੀਜ਼ੇ ਸੰਬੰਧੀ ਕੋਈ ਵੀ ਸਵਾਲ ਹੈ ਤਾਂ ਸਕਰੀਨ ਦੇ ਉੱਤੇ ਨੰਬਰ ਆ ਰਿਹਾ ਹੈ ਇਸ ਦੇ ਉੱਤੇ ਕਾਲ ਕਰਕੇ ਤੁਸੀਂ ਪੂਰੀ ਜਾਣਕਾਰੀ ਜਿਹੜੀ ਲੈ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਆ ਮੈਮ ਆਸਟ੍ਰੇਲੀਆ ਦੀ ਬਹੁਤ ਸਾਰੇ ਸਟੂਡੈਂਟ ਆਸਟ੍ਰੇਲੀਆ ਜਾਣਾ ਚਾਹੁੰਦੇ ਆ ਪਰ ਵੀਜ਼ਾ ਨਾ ਆਉਣ ਕਰਕੇ ਕਈ ਤਾਂ ਪਰੇਸ਼ਾਨ ਹੈਗੇ ਆ ਰਿਫਿਊਜ਼ਲ ਆ ਗਈ ਹੈ ਜਾਂ ਜੋ ਮੈਂ ਕਹਿੰਨੇ ਆਪਾਂ ਵੀ ਜਿਹੜੇ 23 ਪਾਸ ਹੋਣ ਨੇ ਉਹਨਾਂ ਲਈ ਤਾਂ ਆਸਟ੍ਰੇਲੀਆ 'ਚ ਆਪਸ਼ਨ ਬਚਦੀ ਐ ਪਰ ਜਿਹੜੇ 20 21 22 ਜਾਂ ਉਸ ਤੋਂ ਪਹਿਲਾਂ ਦੇ ਪਾਸ ਹੋਣ ਨੇ ਗੈਪ ਪੈ ਗਿਆ ਪਰ ਜਾਣਾ ਹੀ ਆਸਟ੍ਰੇਲੀਆ ਉਹ ਕਿਸ ਤਰ੍ਹਾਂ ਦੇ ਨਾਲ ਜਾ ਸਕਦੇ ਆ ਕਿ ਉਹਨਾਂ ਦੇ ਲਈ ਕੋਈ ਆਪਸ਼ਨ ਹੈਗੀ ਇਸ ਟਾਈਮ ਬਿਲਕੁਲ ਸਾਡੇ ਕੋਲ ਕਲਚਰ ਸਟਡੀ ਐਕਸਚੇਂਜ ਪ੍ਰੋਗਰਾਮ ਹੈ ਜਿਹੜਾ ਕਿ ਬੱਚਿਆਂ ਨੂੰ ਸ਼ੁਰੂ ਤੋਂ ਅਸੀਂ 2017 18 19 ਪਾਸ ਆਊਟ ਹੈ ਉਹ ਬੱਚੇ ਕਲਚਰ ਸਟਡੀ ਐਕਸਚੇਂਜ ਪ੍ਰੋਗਰਾਮ ਚ ਜਾ ਸਕਦੇ ਨੇ ਟੂਰਿਸਟ ਵੀਜ਼ਾ ਜੋ ਕਿ ਹੋਊਗਾ ਕਲਚਰ ਸਟਡੀ ਪ੍ਰੋਗਰਾਮ ਦੇ ਅੰਡਰ ਹੋਊਗਾ ਇਹ ਟੂਰਿਸਟ ਵੀਜ਼ਾ ਨਾਰਮਲ ਟੂਰਿਸਟ ਵੀਜ਼ਾ ਨਹੀਂ ਹੋਊਗਾ ਉੱਥੇ ਸਟਡੀ ਐਕਸਚੇਂਜ ਪ੍ਰੋਗਰਾਮ ਹੋਊਗਾ ਉੱਥੇ ਜਾ ਕੇ ਬੱਚੇ ਦੀ ਕਨਫਰਮੇਸ਼ਨ ਆਫ ਇਨਰੋਲਮੈਂਟ ਵਿਥਿਨ 1 ਵੀਕ ਅਸੀਂ ਰੈਡੀ ਰੱਖਦੇ ਹਾਂ ਕਿ ਬੱਚੇ ਨੂੰ ਮਿਲ ਜਾਂਦੀ ਆ ਉਹਦੇ ਵਿੱਚ ਬੱਚੇ ਦਾ ਅਗੇ ਸਟਡੀ ਵੀਜ਼ਾ ਅਪਲਾਈ ਹੁੰਦਾ ਤੇ ਬਹੁਤ ਸਾਰੇ ਜਿਹ ਉਥੇ ਕੁਝ ਬੱਚਿਆਂ ਨੂੰ ਮੈਡੀਕਲ ਜਿਹੜੇ ਆ ਕਰਵਾਨ ਦੇ ਵਿੱਚ ਇਸ਼ੂ ਆਏ ਆ ਤੇ ਨਾਲ ਦੇ ਨਾਲ ਉਥੋਂ ਦੀ ਗਵਰਨਮੈਂਟ ਨੇ ਬਰੀਜ਼ਿੰਗ ਵੀਜ਼ਾ ਇਸ਼ੂ ਕੀਤੇ ਆ ਇਟ ਮੀਨਸ ਆਸਟ੍ਰੇਲੀਅਨ ਗਵਰਨਮੈਂਟ ਦਾ ਕੋਈ ਅਟੈਨਸ਼ਨ ਨਹੀਂ ਹੈ ਕਿ ਉਹ ਤੁਹਾਨੂੰ ਵੀਜ਼ਾ ਗ੍ਰਾਂਟ ਨਹੀਂ ਕਰੇ ਪਰ ਉਹ ਜੈਨੂਇਨ ਸਟੂਡੈਂਟ ਚਾਹੁੰਦਾ ਹੈ ਤੇ ਜੈਨੂਇਨ ਤਰੀਕੇ ਨਾਲ ਅਪਲਾਈ ਕਰੋ ਜੋ ਤੁਹਾਡੇ ਕੋਲ ਡਾਕੂਮੈਂਟਸ ਜੋ ਪੇਪਰ ਵਰਕ ਆ ਜੋ ਜੈਨੂਇਨ ਪ੍ਰੋਫਾਈਲ ਆ ਉਹੀ ਦਿਓ ਕਿਸੇ ਤਰ੍ਹਾਂ ਦੀ ਮੈਨਿਪੂਲੇਸ਼ਨ ਨਾ ਕਰੋ ਬਾਕੀ 2023 ਜਿਹੜੇ ਪਾਸ ਆਊਟ ਬੱਚੇ ਨੇ 2 ਚੋਂ 5.5 ਆ 1 ਚੋਂ 5.5 ਆ ਪੀਟੀ ਸਕੋਰ ਘਟ ਹੈ 50 ਆ ਜਾਂ 55 ਉਹ ਬੱਚੇ ਵੀ ਸਾਡੇ ਕੋਲ অপਸ਼ਨ ਲੈ ਸਕਦੇ ਨੇ ਪਰਥ ਦੇ ਵਿੱਚ ਕਾਫੀ অপਸ਼ਨ ਸਾਡੇ ਕੋਲ ਹੈਗੀਆਂ ਨੇ ਪਰਥ ਦੇ ਵਿੱਚ ਕੱਲ ਦੇ ਦਿਨ ਸਾਨੂੰ ਪੀਆਰ ਔਰ ਵਰਕ ਪਰਮਿਟ ਦੇ ਵਿੱਚ ਵੀ ਕਾਫੀ ਚੀਜ਼ਾਂ ਜਿਹੜੀਆਂ ਹੈਲਪ ਕਰਨਗੀਆਂ ਬਾਕੀ ਮੈਲਬਨ ਸਿਡਨੀ ਇਹਨਾਂ ਸਿਟੀਜ਼ ਦੇ ਵਿੱਚ ਵੀ ਸਾਡੇ ਕੋਲ ਕਾਫੀ ਕਾਲਜਿਸ ਯੂਨੀਵਰਸਿਟੀ ਹੈਗੇ ਨੇ ਜਿਹੜੇ ਕਲਚਰ ਸਟਡੀ ਐਕਸਚੇਂਜ ਪ੍ਰੋਗਰਾਮ ਚ ਜਾਣਾ ਚਾਹੁੰਦੇ ਨੇ ਉਹ ਵੀ ਬੱਚੇ ਜਾ ਸਕਦੇ ਨੇ ਤੇ ਆਸਟ੍ਰੇਲੀਆ ਸੀਰੀਅਸ ਜ਼ਰੂਰ ਆ ਆਸਟ੍ਰੇਲੀਆ ਸਟਿੱਕਟ ਜ਼ਰੂਰ ਆ ਬਟ ਆਪਾਂ ਕੀ ਧਿਆਨ ਰੱਖਣਾ ਹੈ ਕਿ ਆਸਟ੍ਰੇਲੀਆ ਨੇ ਕੋਈ ਇਹ ਨਹੀਂ ਕਿਹਾ ਕਿ ਮੈਂ ਸਟੱਡੀ ਵੀਜ਼ਾ ਬੰਦ ਕਰ ਰਿਹਾ ਹਾਂ ਜਾਂ ਮੈਂ ਬੱਚਿਆਂ ਨੂੰ ਸਟੱਡੀ ਵੀਜ਼ਾ ਨਹੀਂ ਦਊਂਗਾ ਜਾਂ ਮੈਂ ਇੰਡੀਅਨ ਸਟੂਡੈਂਟਸ ਨੂੰ ਵੀਜ਼ਾ ਗ੍ਰਾਂਟ ਨਹੀਂ ਕਰੂੰਗਾ ਇਹੋ ਜੀ ਕੋਈ ਨਿਊਜ਼ ਨਹੀਂ ਹੈ ਤੁਸੀਂ ਇਹ ਦੇਖਣਾ ਹੈ ਕਿ ਆਸਟ੍ਰੇਲੀਆ ਵੀਜ਼ਾ ਕਿੰਨੂੰ ਦੇ ਰਿਹਾ ਹੈ ਤੁਹਾਡੀ ਪ੍ਰੋਫਾਈਲ ਤੇ ਵੀਜ਼ਾ ਦੇ ਰਿਹਾ ਹੈ ਤੁਹਾਡੀ ਜੈਨੂਇਨਟੀ ਤੇ ਵੀਜ਼ਾ ਦੇ ਰਿਹਾ ਉੱਥੇ ਦੇ ਸਿਸਟਮ ਨੂੰ ਸਮਝੋ ਆਪਣੇ ਜਿੱਦ ਨਹੀਂ ਵੀ ਬੈਂਕਿੰਗ ਆ ਚਾਹੇ ਤੁਸੀਂ ਬਾਹਰੋਂ ਕਰਵਾਈ ਆ ਕਿਸੇ ਫਾਈਨੈਂਸਰ ਤੋਂ ਕਰਵਾਈ ਆ ਬਟ ਉਸ ਬੈਂਕਿੰਗ ਨੂੰ ਤੁਹਾਡੀ ਆਈਟੀਆਰ ਤੁਹਾਡੇ ਜਿਹੜੇ ਡਾਕੂਮੈਂਟਸ ਨੇ ਜੋ ਤੁਹਾਡਾ ਪ੍ਰਾਪਰਟੀ ਨੂੰ ਰਿਲੇਟਡ ਜਾਂ ਤੁਹਾਡਾ ਇਨਕਮ ਸੋਰਸ ਹੈ ਉਹਦੇ ਵਿੱਚ ਤੁਹਾਡੀ ਉਹ ਬੈਂਕਿੰਗ ਦਿਖਣੀ ਚਾਹੀਦੀ ਹੈ ਜੇ ਤੁਹਾਡੇ ਆਪਣੇ ਵੀ ਬੈਂਕਿੰਗ ਆ ਉਹ ਵੀ ਤੁਹਾਡੀ ਇੱਕ ਪ੍ਰੋਪਰ ਤਰੀਕੇ ਨਾਲ ਜਿਹੜੀ ਆ ਉਹ ਮੈਨੇਜਡ ਹੋਣੀ ਚਾਹੀਦੀ ਹੈ ਜੇ ਕੋਈ ਫਾਰਮਰ ਦਾ ਬੱਚਾ ਹੈ ਤੇ ਉਹਨੂੰ ਜੇ ਫਾਰਮ ਜੇ ਕੋਈ ਜੋਬ ਰਿਲੇਟਡ ਹੈ ਉਹਦੇ 'ਚ ਵੀ ਕੋਈ ਆਪਣੀ ਜੋਬ ਸ਼ਾਰਟ ਇਸ ਜੋ ਵੀ ਤੁਹਾਡੇ ਕੋਲ ਆਫਰ ਲੈਟਰ ਆ ਉਹ ਜੇ ਕੋਈ ਬਿਜ਼ਨਸਮੈਨ ਦਾ ਬੱਚਾ ਹੈ ਤਾਂ ਉਹਦੇ ਵਿੱਚ ਬਿਜ਼ਨਸ ਪ੍ਰੂਫ ਤੇ ਦਿਓ ਆਪਣੇ ਤਾਂ ਕਿ ਵੀਜ਼ਾ ਆਫੀਸਰ ਨੂੰ ਕਲੈਰਟੀ ਹੋ ਚੱਕੇ ਉਹ ਕਲੈਰਟੀ ਚਾਹੁੰਦਾ ਹੈ ਜੈਨੂਇਰ ਸਟੂਡੈਂਟਸ ਨੂੰ ਵੀਜ਼ਾ ਦੇਣਾ ਚਾਹੁੰਦਾ ਹੈ ਕਿਸੇ ਵੀ ਤਰ੍ਹਾਂ ਦੀ ਆਸਟ੍ਰੇਲੀਅਨ ਗਵਰਨਮੈਂਟ ਆਸਟ੍ਰੇਲੀਅਨ ਐਮਬੈਸਡਰ ਐਂਬੈਸੀ ਮੈਨੂਫਲੇਸ਼ਨ ਜਿਹੜੀ ਉਹ ਬਰਦਾਸ਼ਤ ਨਹੀਂ ਕਰਦੀ ਜਿੱਥੇ ਹਲਕਾ ਜਿਹਾ ਵੀ ਉਹਨਾਂ ਨੂੰ ਡਾਊਟ ਹੁੰਦਾ ਉੱਥੇ ਨਾਲ ਦੀ ਨਾਲ ਰਿਫਿਊਜ਼ਲ ਦੇ ਰਹੇ ਨੇ ਇਸ ਕਰਕੇ ਕਾਫੀ ਜਿਹੜਾ ਇਸ ਚੀਜ਼ ਨੂੰ ਥੋੜਾ ਸੀਰੀਅਸ ਲੈਣ ਦੀ ਜ਼ਰੂਰਤ ਹੈ ਸਾਨੂੰ ਇਸ ਟਾਈਮ ਕਿਉਂਕਿ ਨਿਊਜ਼ ਬਹੁਤ ਨੇ ਕਿ ਆਸਟ੍ਰੇਲੀਆ ਵੀਜ਼ੇ ਨਹੀਂ ਦੇ ਰਹੇ ਬਟ ਸਾਡੇ ਜਿੰਨੇ ਵੀ ਸਟੂਡੈਂਟ ਹੈ ਸਾਡਾ ਸਕਸੈਸ ਰੇਟ ਜੋ 70 60% ਹੈਗਾ ਹੈ ਕਿ ਅਸੀਂ ਵੀਜ਼ਾ ਗ੍ਰਾਂਟ ਕਰਵਾ ਰਹੇ ਹਾਂ ਹਰਿਆਣਾ ਪੰਜਾਬ ਚ ਥੋੜਾ ਜਿਹਾ ਸੀਰੀਅਸ ਮੈਟਰ ਹੈ ਬਾਕੀ ਅਹਮਦਾਬਾਦ ਸਾਡਾ ਆਫਿਸ ਹੈ ਉੱਥੇ ਪ੍ਰੋਪਰ ਸਾਡੇ ਵੀਜ਼ਾਸ ਗ੍ਰਾਂਟ ਹੋ ਰਹੇ ਨੇ ਅਸੀਂ ਵਿਜ਼ਾ ਲੈ ਰਹੇ 80 ਦੇ ਸਟੂਡੈਂਟਸ ਦੇ ਜਿਹੜੇ ਕਿ ਸਾਡੇ ਆਨਲਾਈਨ ਸਾਡੇ ਕੋਲ ਅਪਲਾਈ ਕਰਦੇ ਸੀਗੇ ਤੇ ਹੁਣ ਤਾਂ ਅਸੀਂ ਆਪਣੇ ਆਫਿਸ ਦੇ ਵਿੱਚ ਹੀ ਬੱਚੇ ਜਿਹੜੇ ਵਿਜ਼ਿਟ ਕਰ ਰਹੇ ਨੇ ਉਹਨਾਂ ਨੂੰ ਗਾਈਡ ਕਰ ਰਹੇ ਆਂ ਬਾਕੀ ਪੰਜਾਬ ਔਰ ਹਰਿਆਣਾ ਬੋਰਡ ਵਾਲਿਆਂ ਦੀ ਕਾਫੀ ਮੈਨਿਪੂਲੇਸ਼ਨ ਅੰਬੈਸੀ ਦੇ ਅੰਦਰ ਗਈ ਹੈ ਇਸ ਕਰਕੇ ਇੱਥੇ ਥੋੜਾ ਸਕਸੈਸ ਰੇਟ ਨੂੰ ਲੈ ਕੇ ਗੱਲਾਂ ਹੋ ਰਹੀਆਂ ਨੇ ਬਟ ਸਾਡੀ ਕੰਪਨੀ ਵੱਲੋਂ ਜਿੰਨੀਆਂ ਵੀ ਫਾਈਲਸ ਜਾ ਰਹੀਆਂ ਨੇ 70-60% ਅਸੀਂ ਸਕਸੈਸ ਰੇਟ ਕੱਢ ਪਾ ਰਹੇ ਆ ऑस्ट्रेलिया ਦੇ ਵਿੱਚ ਬਿਲਕੁਲ ਜਿਹੜੇ ਸਟੂਡੈਂਟ ਆਸਟ੍ਰੇਲੀਆ ਜਾਣਾ ਚਾਹੁੰਦੇ ਆ ਤਾਂ ਕਲਚਰ ਐਕਸਚੇਂਜ ਪ੍ਰੋਗਰਾਮ ਆ ਰਿਹਾ ਤੁਸੀਂ ਆਪਣੀ ਪ੍ਰੋਫਾਈਲ ਡਿਸਕਸ ਕਰੋ ਇਸ ਨੰਬਰ ਦੇ ਉੱਤੇ ਕਾਲ ਕਰਕੇ ਜਾਂ WhatsApp ਦੇ ਉੱਤੇ ਆਪਣੇ ਡਾਕੂਮੈਂਟਸ ਸੈਂਡ ਕਰਕੇ ਵੀ ਉਸ ਤੋਂ ਬਾਅਦ ਕਾਲ ਕਰਕੇ ਜਿਹੜੀ ਜਾਣਕਾਰੀ ਹੈ ਲੈ ਸਕਦੇ ਹੋ ਮੈਮ ਜਿਹੜਾ ਕਲਚਰ ਐਕਸਚੇਂਜ ਪ੍ਰੋਗਰਾਮ ਨਾਲ ਹੀ ਆਪਾਂ ਹਮੇਸ਼ਾ ਹੀ ਗੱਲ ਕਰਦੇ ਆ ਕਿੰਨੇ ਟਾਈਮ ਤੀ ਜੋ ਸਟੂਡੈਂਟ ਉੱਥੇ ਪਹੁੰਚ ਜਾਂਦਾ ਹੈ ਪਹਿਲਾਂ ਉਸ ਨੂੰ ਕਿੰਨੇ ਟਾਈਮ ਦਾ ਵੀਜ਼ਾ ਮਿਲਦਾ ਔਰ ਕਿੰਨੇ ਟਾਈਮ ਲੱਗਦਾ ਸਟੱਡੀ ਦੇ ਵਿੱਚ ਕਨਵਰਟ ਉੱਥੇ ਜਾ ਕੇ ਹੋ ਜਾਂਦਾ ਹੈ ਸਾਰਾ ਉਹਦੇ ਵਿੱਚ ਪਲਵਿੰਦਰ ਜੀ 3 ਮਹੀਨੇ ਦੀ ਬੱਚੇ ਦੀ ਐਂਟਰੀ ਹੁੰਦੀ ਹੈ 3 ਮਹੀਨੇ ਦੀ ਐਂਟਰੀ ਦੇ ਵਿੱਚ ਵਿੱਚ ਅਸੀਂ 15 ਤੋਂ 20 ਡੇਸ ਦੇ ਵਿੱਚ ਟਰਾਈ ਕਰਦੇ ਹਾਂ ਕਿ ਬੱਚੇ ਦਾ ਵੀਜ਼ਾ ਅਪਲਾਈ ਕਰ ਦਈਏ ਜੇ ਤਾਂ ਉਹਦਾ ਅੱਗੇ 20 ਡੇਸ ਦੇ ਵਿੱਚ ਵੀਜ਼ਾ ਗ੍ਰਾਂਟ ਹੋ ਜਾਂਦਾ ਹੈ ਜੇ ਉਹਦੀ ਉੱਥੇ ਮੈਡੀਕਲ ਇਸ਼ੂ ਥੋੜਾ ਸਾਨੂੰ ਆਉਂਦਾ ਹੈ ਕਿ ਮੈਡੀਕਲ ਡੇਟ ਸਾਨੂੰ ਨਹੀਂ ਮਿਲਦੀਆਂ ਤੇ ਜੇ ਮੈਡੀਕਲ ਡੇਟ ਨਹੀਂ ਮਿਲਦੀ ਤੇ ਉਹਦੇ ਵਿੱਚ ਬੱਚੇ ਨੂੰ ਬਰੀジング ਵੀਜ਼ਾ ਜਿਹੜਾ ਹੈ ਉਹ ਗ੍ਰਾਂਟ ਹੋ ਜਾਂਦਾ ਹੈ ਤੇ ਇਸ ਕਰਕੇ ਜਿੰਨੇ ਵੀ ਆਸਟ੍ਰੇਲੀਆ ਦੇ ਵਿੱਚ ਬੱਚੇ ਅਪਲਾਈ ਕਰਨਾ ਚਾਹੁੰਦੇ ਨੇ ਜਿਹੜੇ ਸਾਡੇ ਬੱਚੇ ਆਸਟ੍ਰੇਲੀਆ ਦੇ ਵਿੱਚ ਕਲਚਰ ਸਟੱਡੀ ਐਕਸਚੇਂਜ ਪ੍ਰੋਗਰਾਮ ਲਈ ਅਪਲਾਈ ਕਰ ਰਹੇ ਨੇ ਉਹ ਬੱਚਿਆਂ ਨੂੰ ਧਿਆਨ ਦੇਣ ਦੀ ਇਹ ਜ਼ਰੂਰਤ ਹੈ ਕਿ ਸਭ ਤੋਂ ਪਹਿਲਾਂ ਅਸੈਸਮੈਂਟ ਲਓ ਕੋਰਸ ਸਿਲੈਕਸ਼ਨ ਕਰੋ ਕਨਫਰਮੇਸ਼ਨ ਆਫ ਇਨਰੋਲਮੈਂਟ ਦੇ ਉੱਤੇ ਥੋੜਾ ਜਿਹਾ ਵਰਕ ਆਊਟ ਕਰੋ ਕਿ ਤੁਹਾਨੂੰ ਕਿੰਨੇ ਦਿਨ ਚ ਮਿਲੇਗੀ ਕੀ ਪੇਪਰ ਵਰਕ ਚਾਹੀਦਾ ਹੈ ਕੀ ਡਾਕੂਮੈਂਟਸ ਚਾਹੀਦੇ ਨੇ ਆਸਟ੍ਰੇਲੀਆ ਬੇਸ ਆਫ ਜਿੰਨਾ ਵੀ ਹੈਗਾ ਹੈ ਡਾਕੂਮੈਂਟਸ ਦੇ ਉੱਤੇ ਆ ਜਿੰਨਾ ਪੇਪਰ ਵਰਕ ਸਟਰੋਂਗ ਹੋਊਗਾ ਉਹਨਾਂ ਵੀਜ਼ਾ ਸਕਸੈਸ ਰੇਟ ਅਸੀਂ ਜ਼ਿਆਦਾ ਕੱਢ ਪਾਵਾਂਗੇ ਬਿਲਕੁਲ ਹਰ ਸਟੂਡੈਂਟ ਦੇ ਪੇਪਰ ਨੇ ਜਿਹੜੇ ਹਰ ਸਟੂਡੈਂਟ ਦੀ ਜਿਹੜੀ ਪ੍ਰੋਫਾਈਲ ਉੰਹੀਏ ਇਸ ਕਰਕੇ ਤੁਸੀਂ ਪ੍ਰੋਪਰ ਤਰੀਕੇ ਦੇ ਨਾਲ ਜਾਣਕਾਰੀ ਲੈਣ ਦੇ ਲਈ ਇਸ ਨੰਬਰ ਦੇ ਉੱਤੇ ਕਾਲ ਕਰੋ ਆਪਣੀ ਪ੍ਰੋਫਾਈਲ ਡਿਸਕਸ ਕਰੋ ਔਰ ਨਾਲ ਦੀ ਨਾਲ ਮੈਮ ਇੱਕ ਸਵਾਲ ਹੋ ਰਿਹਾ ਤੁਸੀਂ ਜਲਦੀ ਜਲਦੀ ਜਵਾਬ ਦੇ ਦਿਓ ਸਮਾਂ ਘਟ ਹੈ ਫੰਡਸ ਨੂੰ ਲੈ ਕੇ ਕਿੰਨੇ ਕ ਫੰਡ ਹੋਣੇ ਚਾਹੀਦੇ ਇਸ ਜੇ ਕਿਸੇ ਨੇ ਕਲਚਰ ਐਕਸਚੇਂਜ ਪ੍ਰੋਗਰਾਮ ਜੁ ਵਿੱਚ ਅਪਲਾਈ ਕਰ Depend on ਯੂਨੀਵਰਸਿਟੀ ਔਰ ਕਾਲਜ ਆ ਬੱਚਾ ਐਡਮਿਸ਼ਨ ਕਿੱਥੇ ਲੈ ਰਿਹਾ ਬਟ ਅਸੀਂ ਸੁਜੈਸਟ 15 ਤੋਂ 20 ਲੱਖ ਬੱਚੇ ਨੂੰ ਕਰ ਰਹੇ ਆ ਕਿ 15 ਤੋਂ 20 ਲੱਖ ਦੇ ਵਿੱਚ ਵਿੱਚ ਬੱਚੇ ਦੇ ਫੰਡ ਹੋਣੇ ਚਾਹੀਦੇ ਆ ਤੇ ਇਹਦੇ ਵਿੱਚ ਕੋਈ ਵੀ ਪੁਰਾਣੇ ਫੰਡ ਨਹੀਂ ਸਾਨੂੰ ਚਾਹੀਦੇ ਬਿਲਕੁਲ ਸਾਨੂੰ ਮੇ ਫੰਡ ਤੇ ਦੋ ਪਰ ਜਸਟੀਫਿਕੇਸ਼ਨ ਜ਼ਰੂਰ ਚਾਹੀਦੀ ਹੈ ਕਿ ਇਹ ਪੈਸਾ ਆਇਆ ਕਿੱਥੋਂ ਤੁਹਾਡੇ ਕੋਲ ਹਮ ਤੇ ਐਮ ਐਮ ਇੱਕ ਹੋਰ ਸਵਾਲ ਦੱਸ ਦੋ ਕਿ ਨਾਲ ਦੇ ਨਾਲ ਜਿਹੜੇ 2023 ਪਾਸ ਆਊਟ ਨੇ ਉਹਨਾਂ ਕੋਲ ਹਜੇ ਕਿੰਨਾ ਟਾਈਮ ਹੈਗਾ ਔਰ ਕਿੰਨੇ ਮੈਂਡ ਦੇ ਨਾਲ ਉਹ ਆਸਟ੍ਰੇਲੀਆ ਸਟੱਡੀ ਵੀਜ਼ਾ ਅਪਲਾਈ ਕਰਨ ਔਰ ਫੰਡਸ ਨੂੰ ਲੈ ਕੇ ਵੀ ਕਿਸ ਤਰ੍ਹਾਂ ਦੀ ਰਿਕੁਆਇਰਮੈਂਟ ਹੋਣੀ ਚਾਹੀਦੀ ਨਹੀਂ ਉਹਨਾਂ ਦੀ ਜਿਹੜੇ 2023 ਪਾਸ ਆਊਟ ਨੇ ਬਿਲਕੁਲ ਸਮਾਂ ਨਹੀਂ ਹੈਗਾ ਆਪਣੇ ਕੋਲ ਫੰਡ ਜਿਹੜੇ ਮੈਂ 15 ਤੋਂ 20 ਲੱਖ ਬੋਲੇ ਆ ਉਹ 15 ਤੋਂ 20 ਲੱਖ ਦੇ ਫੰਡ ਆ ਬਾਕੀ ਡਿਪੈਂਡ ਔਨ ਯੂਨੀਵਰਸਿਟੀ ਕਾਲਜ ਆ ਬੱਚਾ ਕਿਵੇਂ ਦੀ ਯੂਨੀਵਰਸਿਟੀ ਕਾਲਜ ਦੇ ਵਿੱਚ ਐਡਮਿਸ਼ਨ ਲੈਂਦਾ ਹੈ ਉੱਥੋਂ ਦੀ ਫੀਸ ਸਟ੍ਰਕਚਰ ਕੀ ਆ ਉਹਦੇ ਤੇ ਡਿਪੈਂ ਕਰਨਾ ਚਾਹੁੰਦੇ ਆ ਡਿਲੇ ਨਾ ਕਰੋ ਲਾਸਟ ਕਾਲ ਇਸ ਟਾਈਮ ਜਿਹੜੀ ਸਾਡੀ ਹੈਗੀ ਆ 2023 ਵਾਲੇ ਬੱਚਿਆਂ ਦੇ ਲਈ ਆਪਣਾ ਅਪਲਾਈ ਕਰ ਲੋ ਡਿਲੇ ਨਾ ਕਰੋ ਕਿਉਂਕਿ ਜਿਹੜੀਆਂ ਕਨਫਰਮੇਸ਼ਨ ਆਫ ਇਨਰੋਲਮੈਂਟ ਆ ਉਹਦੇ ਵਿੱਚ ਵੀ ਥੋੜਾ ਜਿਹਾ ਸਮਾਂ ਜਿਹੜਾ ਅਸੀਂ ਲੈ ਕੇ ਚੱਲ ਰਹੇ ਆ ਬਿਲਕੁਲ ਆਪਾਂ ਗੱਲ ਕੀਤੀ ਹੈ ਕੈਨੇਡਾ ਸਟੱਡੀ ਵੀਜ਼ੇ ਬਾਰੇ ਔਰ ਨਾਲ ਦੇ ਨਾਲ ਆਸਟ੍ਰੇਲੀਆ ਸਟੱਡੀ ਵੀਜ਼ੇ ਬਾਰੇ ਜੇਕਰ ਤੁਹਾਡੇ ਸਟੱਡੀ ਦੇ ਵਿੱਚ ਲੰਮਾ ਗੈਪ ਪੈ ਚੁੱਕਾ ਹੈ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਔਰ ਕੈਨੇਡਾ ਸਟੱਡੀ ਵੀਜ਼ਾ ਜੋ ਰੂਲ ਚੇਂਜ ਹੋਣ ਤੋਂ ਬਾਅਦ ਮੋਂਟਰੀਅਲ ਦੇ ਵਿੱਚ ਕਟ ਜੀ ਆਈਸੀ ਦੇ ਨਾਲ ਆਪਣਾ ਜਿਹੜਾ ਸਟੱਡੀ ਵੀਜ਼ਾ ਅੱਜ ਵੀ ਅਪਲਾਈ ਕਰ ਸਕਦੇ ਹੋ ਸ਼ੋਅ ਤੋਂ ਬਾਅਦ ਵੀ ਤੁਸੀਂ ਇਸ ਨੰਬਰ ਤੇ ਕਾਲ ਕਰੋ ਜਾਂ ਕੱਲ ਮਾਰਨਿੰਗ ਦੇ ਵਿੱਚ ਵੀ ਕਾਲ ਕਰ ਸਕਦੇ ਹੋ ਕਿਸੇ ਵੀ ਟਾਈਮ ਔਰ ਮੈਂ ਨੂੰ ਮਿਲਣਾ ਚਾਹੁੰਦੇ ਹੋ ਤਾਂ ਫੇਸ ਇੱਕ ਮੁਹਾਲੀ ਦੇ ਵਿੱਚ ਆ ਕੇ ਇਹਨਾਂ ਨੂੰ ਮਿਲ ਸਕਦੇ ਹੋ ਮੈਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ